ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੇ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੀਪੀਐਸਸੀ ਦੇ ਦੁਆਰਾ ਜੋ ਵੇਅਰ ਹਾਊਸ ਮੈਨੇਜਰ ਦਾ ਪੇਪਰ ਕੰਡਕਟ ਕੀਤਾ ਗਿਆ ਹੈ ਇਸ ਨੂੰ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਇਹ ਜੋ ਪੇਪਰ ਹੈ ਇਹ ਕੰਡਕਟ ਕੀਤਾ ਗਿਆ 23 April 2023 ਨੂੰ ਸੰਡੇ ਵਾਲੇ ਦਿਨ ਇਸ ਪੇਪਰ ਦੇ ਵਿੱਚ ਟੋਟਲ 120 ਕੁਐਸਚਨ ਪੁੱਛੇ ਗਏ ਸੀ ਜਿਸ ਦੇ ਵਿੱਚ ਪਹਿਲੇ ਜੋ 90 ਕੁਐਸਚਨ ਸੀ ਉਹ ਪੁੱਛੇ ਗਏ ਸੀ ਟੈਕਨੀਕਲ ਤੇ ਬਚੇ ਹੋਏ 30 ਕੁਐਸਚਨ ਪੁੱਛੇ ਗਏ ਸੀ ਇਸ ਪੇਪਰ ਦੇ ਵਿੱਚ ਨੌਨ ਟੈਕਨੀਕਲ ਆ ਇਹਨਾਂ 30 ਕੁਐਸਚਨਸ ਦੇ ਵਿੱਚ 10 ਕੁਐਸਚਨ ਪੁੱਛੇ ਗਏ ਸੀ ਇਸ ਪੇਪਰ ਦੇ ਵਿੱਚ ਰੀਜ਼ਨਿੰਗ ਪਲੱਸ ਮੈਥ ਤੋਂ 10 ਕੁਐਸਚਨ ਪੁੱਛੇ ਗਏ ਸੀ ਜੀਕੇ ਤੋਂ ਜਿਸ ਦੇ ਵਿੱਚ ਪੰਜਾਬ ਜੀਕੇ ਤੇ ਕਰੰਟ ਅਫੇਅਰਸ ਵੀ ਇਨਕਲੂਡ ਸੀ ਔਰ ਜੋ ਬਚੇ ਹੋਏ 10 ਕੁਐਸਚਨ ਨੇ ਇਹ ਪੁੱਛੇ ਗਏ ਸੀ ਪੰਜਾਬੀ ਤੋਂ ਠੀਕ ਹੈ ਜੋ ਪੰਜਾਬੀ ਕੁਆਲੀਫਾਈਂਗ ਐਡ ਕੀਤਾ ਗਿਆ ਹੈ ਉਸ ਤੋਂ ਵੀ ਇਸ ਪੇਪਰ ਦੇ ਵਿੱਚ 10 ਕੁਐਸਚਨ ਪੁੱਛੇ ਗਏ ਸੀ ਇਹ ਹੋ ਗਏ ਟੋਟਲ 30 ਕੁਐਸਚਨ ਜਿਨ੍ਹਾਂ ਨੂੰ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਇਹ ਵੀਡੀਓ ਤੁਹਾਨੂੰ ਨੈਪਸੀਲਰ ਐਗਜ਼ਾਮ ਤੇ ਸੀਨੀਅਰ ਅਸਿਸਟੈਂਟ ਐਗਜ਼ਾਮ ਦੇ ਵਿੱਚ ਹੈਲਪ ਕਰੇਗੀ ਕਿਉਂਕਿ ਇਹ ਦੋਨੋਂ ਜੋ ਮੇਨ ਐਗਜ਼ਾਮਸ ਨੇ ਇਹ ਵੀ ਪੀਪੀਐਸਸੀ ਦੇ ਦੁਆਰਾ ਹੀ ਕੰਡਕਟ ਕਰਵਾਏ ਜਾਣੇ ਨੇ ਠੀਕ ਹੈ ਇਹ ਪੀਪੀਐਸਸੀ ਵੇਅਰ ਹਾਊਸ ਮੈਨੇਜਰ ਦੇ ਪੇਪਰ ਦੀ ਵੀਡੀਓ ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ ਮੇਰਾ ਨਾਮ ਹੈ ਮੋਹਿਤ ਗਰਕਾ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ सब तो पहला क्वेश्चन अपने को नाइनटी वन नंबर क्वेश्चन कानवे नंबर क्वेश्चन इस दे विच क्या गया है आ शॉपकीपर लेबल्ड द प्राइस ऑफ हिज आर्टिकल्स सो हैज टू अर्न अ प्रॉफिट ऑफ थर्टी परसेंट ऑन द कॉस्ट प्राइस यानी एक दुकानदार है जिस द्वारा जो कॉस्ट प्राइस है उस पर लेबल किया गया प्राइस थर्टी प्रसेंट ज्यादा किया गया ठीक है यानी इस दे विच क्या गया है तीह प्रसेंट उस प्रॉफिट होएगा इस तरह उसने लेबल करता इस प्राइस के उपर इस कॉसट प्राइस के उपर ठीक है ਉਸ ਤੋਂ ਬਾਅਦ ਕੀ ਆਇਆ ਆਪਾਂ ਨੂੰ ਹੀ देन ਸੋਲਡ ਦਾ ਆਰਟੀਕਲਸ ਬਾਈ ਆਫਰਿੰਗ ਅ ਡਿਸਕਾਊਂਟ ਆਫ 10% ਔਨ ਦਾ ਲੇਬਲਡ ਪ੍ਰਾਈਸ ਯਾਨੀ ਜੋ ਲੇਬਲ ਕੀਤਾ ਸੀ ਪ੍ਰਾਈਸ ਉਸ ਦੇ ਉੱਪਰ 10% ਦਾ ਡਿਸਕਾਊਂਟ ਦਿੱਤਾ ਗਿਆ ਛੋਟ ਦਿੱਤੀ ਗਈ ਆਪਾਂ ਨੂੰ ਪੁੱਛਿਆ ਗਿਆ ਹੈ ਵਾਟ ਇਜ਼ ਦਾ ਐਕਚੁਅਲ ਪਰਸੈਂਟ ਪ੍ਰੋਫਿਟ ਅਰਨਡ ਇਨ ਦਾ ਡੀਲ ਇਸ ਡੀਲ ਦੇ ਵਿੱਚ ਐਕਚੁਅਲ ਪਰਸੈਂਟ ਪ੍ਰੋਫਿਟ ਕਿੰਨਾ ਹੋਇਆ ਹੈ ਇਹ ਆਪਾਂ ਨੂੰ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਠੀਕ ਹੈ ਇਸ ਦੇ ਵਿੱਚ ਆਪਾਂ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਲੈਟ ਕਰ ਸਕਦੇ ਆ ਅਸਿਊਮ ਕਰ ਸਕਦੇ ਆ ਜੋ ਕਾਸਟ ਪ੍ਰਾਈਸ ਹੈ ਹਮੇਸ਼ਾ ਆਪਾਂ ਨੇ 100 ਰੁਪਏ ਮੰਨਨੇ ਠੀਕ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲ ਜੇ ਠੀਕ ਹੈ ਤਾਂ ਆਪਾਂ ਨੇ ਹਮੇਸ਼ਾ ਕੋਸਟ ਪ੍ਰਾਈਸ ਨੂੰ 100 ਰੁਪਏ ਮੰਨਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕਿਹਾ ਗਿਆ ਹੈ ਲੇਬਲ ਪ੍ਰਾਈਸ ਕਹਿ ਸਕਦੇ ਆਪਾਂ ਜਾਂ ਫਿਰ ਮਾਰਕੀਟ ਪ੍ਰਾਈਸ ਵੀ ਕਹਿ ਸਕਦੇ ਆ ਠੀਕ ਹੈ ਜਿੰਨਾ ਮਾਰਕ ਕੀਤਾ ਗਿਆ ਉਸ ਆਰਟੀਕਲ ਦੇ ਉੱਪਰ ਪ੍ਰਾਈਸ ਠੀਕ ਹੈ ਇਹ ਆਪਾਂ ਨੂੰ ਕਿਹਾ ਗਿਆ ਹੈ 30% ਹੈ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਲੇਬਲ ਕਰਨਾ ਹੈ ਪ੍ਰਾਈਸ ਤਾਂ ਕਿ 30% ਆਪਾਂ ਨੂੰ ਪ੍ਰੋਫਿਟ ਮਿਲ ਜੇ ਤਾਂ ਆਪਾਂ ਕੀ ਕਰਾਂਗੇ 30% ਜਿਹੜਾ profit ਹੈ ਉਹ ਉਸ ਦੇ ਵਿੱਚ ਐਡ ਕਰਕੇ ਲਿਖ ਲਾਂਗੇ 100 ਦਾ 30% ਕਿੰਨਾ ਆ ਜੂਗਾ 30 ਆ ਜੂਗਾ ਤਾਂ 30 ਇਹਦੇ ਵਿੱਚ ਐਡ ਕਰ ਦਾਂਗੇ ਤਾਂ ਵੈਲ ਆਇਕਨ ਹੋ ਗਈ ₹130 ਯਾਨੀ ਆਪਾਂ ਨੂੰ ਜੋ ਲੇਬਲ ਪ੍ਰਾਈਸ ਹੈ ਉਹ ਕਿੰਨਾ ਮਿਲ ਚੁੱਕਿਆ ਹੈ ਉਹ ਮਿਲ ਚੁੱਕਿਆ ਹੈ ₹130 ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕਿਹਾ ਗਿਆ ਹੈ ਸੇਲਿੰਗ ਪ੍ਰਾਈਸ ਦੇ ਬਾਰੇ ਗੱਲ ਕੀਤੀ ਗਈ ਹੈ ਆਪਾਂ ਨੂੰ ਕਿਹਾ ਗਿਆ ਹੈ 10% ਦਾ ਡਿਸਕਾਊਂਟ ਦਿੱਤਾ ਗਿਆ ਡਿਸਕਾਊਂਟ ਕੀ ਦੇਖੋ ਉੱਪਰ ਦਿੱਤਾ ਗਿਆ ਹੋਗਾ ਇਸ ਮਾਰਕੀਟ ਪ੍ਰਾਈਸ ਦੇ ਉੱਪਰ ਆਪਾਂ ਨੂੰ ਵੀ ਕਿਹਾ ਗਿਆ ਇਹਦੇ ਵਿੱਚ ਕੁਐਸਚਨ ਦੇ ਵਿੱਚ ਵੀ ਜੋ ਲੇਬਲਡ ਪ੍ਰਾਈਸ ਇਸ ਦੇ ਉੱਪਰ 10% ਦਾ ਡਿਸਕਾਊਂਟ ਦਿੱਤਾ ਗਿਆ ਠੀ ਇਸ ਦਾ 10% ਕਿੰਨਾ ਆਜੂਗਾ ਇਸ ਦਾ 10% ਆਜੂਗਾ 130 ਦਾ 13 ਰੁਪਏ ਠੀਕ ਹੈ 13 ਰੁਪਏ ਦੀ ਕੀ ਦਿੱਤੀ ਗਈ ਛੂਟ ਦਿੱਤੀ ਗਈ ਡਿਸਕਾਊਂਟ ਦਿੱਤਾ ਗਿਆ 130 ਦੇ ਵਿੱਚੋਂ 13 ਰੁਪਏ ਮਾਈਨਸ ਕੀਤੇ ਤਾਂ 117 ਰੁਪਏ ਕੀ ਆ ਗਿਆ ਆਪਣੇ ਕੋਲ ਸੇਲਿੰਗ ਪ੍ਰਾਈਸ ਆ ਗਿਆ ਠੀਕ ਹੈ ਇਹੀ ਆਪਾਂ ਨੂੰ ਇਸ ਕੁਸ਼ਣ ਦੇ ਵਿੱਚ ਪੁੱਛਿਆ ਗਿਆ ਸੀ ਅਗਰ ਆਪਾਂ ਨੇ ਕੋਈ ਸਮਾਨ 100 ਰੁਪਏ ਦਾ ਖਰੀਦਿਆ 117 ਰੁਪਏ ਦਾ ਵੇਚਦਾ ਤਾਂ ਆਪਾਂ ਨੂੰ ਕਿੰਨੇ ਪਰਸੈਂਟ ਦਾ ਪ੍ਰੋਫਿਟ ਹੋ ਗਿਆ ਆਪਾਂ ਨੂੰ ਪ੍ਰੋਫਿਟ ਹੋ ਗਿਆ 17% ਦਾ ਠੀਕ ਹੈ ਯਾਨੀ ਇਸ ਕੁਐਸਚਨ ਆਨਸਰ ਕੀ ਬਣ ਜਾਊਗਾ ਬੀ ਆਪਸ਼ਨ 17% 17% ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ 92 ਨੰਬਰ ਕੁਐਸਚਨ 1ਵੇਂ ਨੰਬਰ ਕੁਐਸਚਨ ਇਸ ਦੇ ਵਿੱਚ ਕੀ ਆ ਗਿਆ ਹੈ ਆਨਸਰਸ ਦਾ ਕੁਐਸਚਨਸ ギਵਨ ਬਿਲੋ ਰੈਫਰਿੰਗ ਟੂ ਦਾ ਫੋਲੋਇੰਗ ਅਰੇਂਜਮੈਂਟ ਇੱਕ ਅਰੇਂਜਮੈਂਟ ਦਿੱਤੀ ਗਈ ਹੈ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਚਾਰੋਂ ਆਪਸ਼ਨਸ ਦੇ ਵਿੱਚੋਂ ਇੱਕ ਆਪਸ਼ਨ ਹੈ ਜਿਹੜਾ ਉਹ ਅਲੱਗ ਹੈ ਠੀਕ ਹੈ ਬਾਕੀ ਤਿੰਨੋਂ ਆਪਸ਼ਨ ਬਿਲਕੁਲ ਸੇਮ ਜਿਹੜਾ ਲੌਜੀਕਲ ਲੱਗਿਆ ਗਿਆ ਹੈ ਉਹਨਾਂ ਦੇ ਵਿੱਚ ਬਟ ਜੋ ਇੱਕ ਆਪਸ਼ਨ ਹੈ ਉਸ ਦੇ ਵਿੱਚ ਜਿਹੜਾ ਲੌਜੀਕ ਹੈ ਉਹ ਅਲੱਗ ਲੱਗਿਆ ਹੈ ਉਹੀ ਆਪਾਂ ਨੇ ਫਾਈਂਡ ਕਰਨਾ ਹੈ ਠੀਕ ਹੈ ਆਪਾਂ ਨੂੰ ਇਹ ਪੁੱਛਿਆ ਗਿਆ ਹੈ ਡਸ ਨੋਟ ਬਿਲੋਂਗ ਟੂ 댓 ਗਰਪ ਯਾਨੀ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਹੈ ਜੋ ਕਿ ਬਾਕੀ ਤਿੰਨਾਂ ਨਾਲ ਮੈਚ ਨਹੀਂ ਕਰਦਾ ਠੀਕ ਹੈ ਸਭ ਤੋਂ ਪਹਿਲਾ ਆਪਸ਼ਨ ਦੇਖੋ ਇੱਥੇ ਆਪਣੇ ਕੋਲ ਦੋ ਦੋ ਤੋਂ ਬਾਅਦ ਆਪਾਂ ਗਏ ਤਿੰਨ ਤੱਕ ਯਾਨੀ ਦੋ ਆਪਾਂ ਨੇ ਜਿਹੜੇ ਡਿਜੀਟਸ ਨੇ ਉਹਨਾਂ ਨੂੰ ਛੱਡਿਆ ਉਸ ਤੋਂ ਬਾਅਦ ਆਪਾਂ ਨੇ ਨੈਕਸਟ ਵਾਲਾ ਡਿਜੀਟ ਯੂਜ਼ ਕਰ ਲਿਆ ਠੀਕ ਹੈ ਯਾਨੀ ਆਪਾਂ ਦੋ ਤੋਂ ਪਹਿਲਾਂ ਲੈਫਟ ਦੀ ਤਰਫ ਗਏ ਦੋ ਡਿਜੀਟ ਛੱਡੇ ਉਸ ਤੋਂ ਬਾਅਦ ਆਪਾਂ ਰਾਈਟ ਦੀ ਤਰਫ ਨੈਕਸਟ ਵਾਲਾ ਡਿਜੀਟ ਹੈ ਜਿਹੜਾ ਉਹ ਯੂਜ਼ ਕਰ ਲਿਆ ਠੀਕ ਹੈ ਇਸੇ ਤਰ੍ਹਾਂ ਉਹ ਤੋਂ ਬਾਅਦ ਆਪਾਂ ਗਏ ਆਏ ਤੇ ਦੋ ਡਿਜੀਟ ਛੱਡੇ ਉਸ ਤੋਂ ਬਾਅਦ ਸੀ ਯੂਜ਼ ਕਰ ਲਿਆ ਯਾਨੀ ਆਪਾਂ ਨੇ ਨੈਕਸਟ ਵਾਲਾ ਜਿਹੜਾ ਲੈਟਰ ਯੂਜ਼ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਕੇਤੇ ਆਗੇ ਕੇ ਤੋਂ ਬਾਅਦ ਆਪਾਂ ਨੇ ਦੋ ਲੈਟਰ ਛੱਡੇ ਤੇ ਓ ਇੱਥੇ ਫਿੱਟ ਕਰਤਾ ਠੀਕ ਹੈ ਕੇ ਤੋਂ ਬਾਅਦ ਸੀ ਤੇ ਐਟ ਰੇਟ ਛੱਡਿਆ ਓ ਆ ਗਿਆ ਠੀਕ ਹੈ ਕੇ ਤੋਂ ਬਾਅਦ 5 ਦਿੱਤਾ ਆਪਾਂ ਨੂੰ ਇਹ ਤਿੰਨੋਂ ਜੋ ਆਪਸ਼ਨਸ ਨੇ ਬਿਲਕੁਲ ਇੱਕੋ ਤਰ੍ਹਾਂ ਜਿਹੜਾ ਲੌਜੀਕ ਹੈ ਇਹਨਾਂ ਦੇ ਵਿੱਚ ਲਗਾਇਆ ਗਿਆ ਹੈ बट अगर आपोर्थ देखिए डी देखिए इस दे बी तो बाद है ठीक है बी कितें अपने को बी ए है बी तो यूज़ कर रहे हैं डॉलर ठीक है इस तो बाद आप अगर देखिए डॉलर है जो एक डिजिट छड गया बट बाकी ऑप्शन दो डिजिट छ यूज़ कर रहे हैं ठीक है यही इसे तरह यूज़ किया यानी इस क्वेश्चन आंसर की बन जूगा अपना डी बन जूगा ठीक है बाकी तीनों ऑप्शन नो डिफर है डिफरेंट है इस करके आंसर अपना ही बन जूगा डी ऑप्शन ठीक है ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ 93 ਨੰਬਰ ਕੁਐਸਚਨ ਆਪਾਂ ਨੂੰ ਕਿਹਾ ਗਿਆ ਹੈ 24 men working 8 hours a day can finish a work in 10 days ਯਾਨੀ 24 men ਨੇ ਠੀਕ ਹੈ 8 ਘੰਟੇ ਇੱਕ ਦਿਨ ਦੇ ਵਿੱਚ ਕੰਮ ਕਰਦੇ ਨੇ ਤੇ ਕੰਮ 10 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਂਦਾ ਖਤਮ ਹੋ ਜਾਂਦਾ ਠੀਕ ਹੈ ਅਗਰ ਇਹ 10 ਘੰਟੇ ਇੱਕ ਦਿਨ ਦੇ ਵਿੱਚ ਕੰਮ ਕਰ ਲੱਗ ਜਾਣ ਠੀਕ ਹੈ ਔਰ 6 ਦਿਨਾਂ ਦੇ ਵਿੱਚ ਕੰਮ ਕੰਪਲੀਟ ਕਰਨਾ ਤਾਂ ਕਿੰਨੇ ਮੈਨਸ ਦੀ ਜ਼ਰੂਰਤ ਪਊਗੀ ਇਹ ਪੁੱਛਿਆ ਗਿਆ ਆਪਾਂ ਨੂੰ ਇਸ ਕੁਐਸਚਨ ਦੇ ਵਿੱਚ ਠੀਕ ਹੈ ਇਸ ਦੇ ਵਿੱਚ ਇੱਕ ਫਾਰਮੂਲਾ ਯੂਜ਼ ਕਰਦੇ ਹੁੰਦੇ ਆ ਆਪਾਂ m1 into d1 into t1 ਠੀਕ ਹੈ men1 day1 time1 ਠੀਕ ਹੈ ਇਸੇ ਤਰ੍ਹਾਂ ਇਹ ਕੀ ਦੇ ਬਰਾਬਰ ਹੋਊਗਾ m2 d2 ਤੇ t2 ਦੇ ਬਰਾਬਰ ਠੀਕ ਹੈ ਹੁਣ ਆਪਾਂ ਨੂੰ men ਕਿੰਨੇ ਦੇ ਰੱਖੇ ਨੇ 24 ਦੇ ਰੱਖੇ ਨੇ ਤੇ day ਕਿੰਨੇ ਦੇ ਰੱਖੇ ਨੇ 10 ਤੇ ਘੰਟੇ ਕਿੰਨੇ ਦੇ ਰੱਖੇ ਨੇ ਆਪਾਂ ਨੂੰ 8 ਘੰਟੇ ਇੱਕ ਦਿਨ ਦੇ ਵਿੱਚ ਕੰਮ ਕਰਦੇ ਨੇ ਮਤਲਬ ਕੀ ਹੈ ਇਹਦਾ men 10 ਦਿਨਾਂ ਦੇ ਵਿੱਚ ਕੰਪਲੀਟ ਕਰਦੇ ਨੇ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰਦੇ ਨੇ ਮਤਲਬ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਕੰਮ ਕਰਦੇ ਨੇ 8 ਘੰਟੇ ਇਹਨਾਂ ਨੂੰ ਆਪਾਂ ਨੇ ਆਪਸੇ ਵਿੱਚ ਮਲਟੀਪਲਾਈ ਕਰ ਲਿਆ ਇਸੇ ਤਰ੍ਹਾਂ ਆਪਾਂ ਨੇ m2 ਪਤਾ ਕਰਨਾ ਹੈ ਯਾਨੀ ਕਿੰਨੇ ਮੈਨਜ਼ ਦੀ ਜ਼ਰੂਰਤ ਪੋਗੀ ਤਾਂ ਫਿਰ ਆਪਾਂ m2 ਐਜ਼ ਇਟ ਇਜ਼ ਲਿਖ ਲਾਂਗੇ ਤੇ ਡੇ 2 ਕਿੰਨੇ ਨੇ ਆਪਣੇ ਕੋਲ ਉਹਨੇ 6 6 ਦਿਨਾਂ ਦੇ ਵਿੱਚ ਕੰਮ ਕੰਪਲੀਟ ਕਰਵਾਣਾ ਹੈ ਠੀਕ ਹੈ ਇਸੇ ਤਰ੍ਹਾਂ 10 ਘੰਟੇ ਹੈ ਇੱਕ ਦਿਨ ਦੇ ਵਿੱਚ ਕੰਮ ਕਰਨਗੇ 10 ਦਿਨਾਂ ਦਾ 10 ਆਪਣਾ ਕੈਨਸਲ ਹੋ ਜਾਊਗਾ 6 6 6 ਚੋਕਾ 24 ਤਾਂ m2 ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 8 4 ਮਨ 2 ਦੀ ਵੈਲਿਊ ਜਿਹੜੀ ਆ ਚੁੱਕੀ ਆ ਉਹ ਕਿੰਨੀ ਆ ਚੁੱਕੀ ਆਪਣੇ ਕੋਲ 32 ਠੀਕ ਹੈ ਯਾਨੀ 32 men ਨੇ ਜਿਹੜੇ ਇਹ 6 ਦਿਨਾਂ ਦੇ ਵਿੱਚ ਕੰਪਲੀਟ ਕਰ ਦੇਣਗੇ ਕੰਮ ਨੂੰ ਸੇਮ ਕੰਮ ਨੂੰ ਅਗਰ ਇਹ 10 ਘੰਟੇ ਇੱਕ ਦਿਨ ਦੇ ਵਿੱਚ ਕੰਮ ਕਰਦੇ ਨੇ ਤਾਂ ਤਾਂ ਆਪਣਾ ਆਂਸਰ ਬਣ ਜੂਗਾ ਇਸ ਕੁਐਸਚਨ ਦਾ ਬੀ ਆਪਸ਼ਨ 32 men are required ਇਸ ਆਂਸਰ ਬਣ ਜੇਗਾ ਬੀ ਆਪਸ਼ਨ ਉਸ ਤੋਂ ਬਾਅਦ 94th ਨੰਬਰ ਕੁਐਸਚਨ ਦੇਖੋ a man has 62 shoes in his drawer ਯਾਨੀ ਇੱਕ ਮਨ ਹੈ ਜਿਸ ਦੇ ਕੋਲ 62 ने ने, ने ने, ने ने। 62 ਸ਼ੂਜ਼ ਨੇ ਆਪਣੇ ਡਰਾਅਰ ਦੇ ਵਿੱਚ ਜਿਸ ਦੇ ਵਿੱਚ 24 ਕੀਨੇ ਬਲੂ ਨੇ 18 ਕੀਨੇ ਬਲੈਕ ਨੇ ਤੇ 20 ਕੀਨੇ ਰੈੱਡ ਨੇ ਠੀਕ ਹੈ ਇਹਨਾਂ ਸਾਰੇ ਨੂੰ ਮਿਲਾ ਕੇ ਆਪਣੇ ਕੋਲ 62 ਸ਼ੂਜ਼ ਬੰਦੇ ਨੇ ਠੀਕ ਹੈ ਉਸ ਤੋਂ ਬਾਅਦ ਕੀ ਆ ਗਿਆ ਆਪਾਂ ਨੂੰ ਅਗਰ ਦ ਲਾਈਟਸ ਆਰ ਆਊਟ ਯਾਨੀ ਲਾਈਟ ਹੈ ਨਹੀਂ ਠੀਕ ਹੈ ਉਸ ਤੋਂ ਬਾਅਦ ਹੀ ਇਜ਼ ਕੰਪਲੀਟਲੀ ਇਨ ਦਾ ਡਾਰਕਰ ਪੂਰਾ ਹਨੇਰਾ ਥੇ ਤਾਂ ਆਪਾਂ ਨੂੰ ਪੁੱਛਿਆ ਗਿਆ ਦੇ ਵਿੱਚ how many minimum shoes must be take out to make 100% certain he has at least one pair of black shoes yani 100% gall kiti gayi hai 100% di theek hai apan nu puchha gaya hai kinne shoes is drawer de vichon kadne painge ta us de vich 100% ik apan nu jo black shoes da pair hai oh mil jega yani kehne da matlab do black shoes ne jehde oh apan nu mil jaan ge kis case de vich ਤਾਂ ਆਪਾਂ ਨੂੰ ਹੀ ਪੁੱਛਿਆ ਗਿਆ ਇਸ ਕੁਸ਼ਣ ਦੇ ਵਿੱਚ ਮਿਨੀਮਮ ਆਪਾਂ ਨੂੰ ਕਿੰਨੇ ਸ਼ੂਜ਼ ਨੂੰ ਕੱਢਣਾ ਪਊਗਾ ਉਹੀ ਆਪਾਂ ਨੂੰ ਇਸ ਕੁਸ਼ਣ ਦੇ ਵਿੱਚ ਪੁੱਛਿਆ ਗਿਆ ਆਪਣੇ ਕੋਲ 24 ਕਿਨੇ ਬਲੂ ਨੇ 18 ਬਲੈਕ ਨੇ ਤੇ 20 ਕਿਨੇ ਰੈੱਡ ਅਗਰ ਆਪਾਂ ਇਹ ਅਸਿਊਮ ਕਰ ਲਈਏ ਕਿ ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਘੱਟੋ ਘੱਟ ਐਟ ਲੀਸਟ ਐਟ ਲੀਸਟ ਦਾ ਮਤਲਬ ਕੀ ਹੈ ਘੱਟੋ ਘੱਟ ਮਤਲਬ ਕੀ ਹੈ ਦਾ ਇੱਕ ਪੇਅਰ ਆਫ ਬਲੈਕ ਸ਼ੂਜ਼ ਦਾ ਜਿਹੜਾ ਆਣਾ ਹੀ ਚਾਹੀਦਾ ਹੈ ਵੱਧ ਆ ਜਾਣ ਕੋਈ ਚੱਕਰ ਨਹੀਂ ਠੀਕ ਹੈ ਯਾਨੀ ਇੱਕ ਤਾਂ ਆਣਾ ਹੀ ਚਾਹੀਦਾ ਮਿਨੀਮਮ ਇੱਕ ਤਾਂ ਆਣਾ ਹੀ ਚਾਹੀਦਾ ਹੈ ਇੱਕ ਪੇਅਰ ਬਲੈਕ ਸ਼ੂਜ਼ ਦਾ ਬਾਕੀ ਵੱਧ ਆਜਣਗੇ 10 ਆਜਣ 5 ਆਜਣ ਉਹ ਕੋਈ ਮੈਟਰ ਨਹੀਂ ਕਰਦਾ ਠੀਕ ਹੈ ਕਿਉਂਕਿ ਆਪਾਂ ਨੂੰ ਕਿਹਾ ਗਿਆ ਹੈ ਏਟ ਲੀਸਟ ਠੀਕ ਹੈ ਘੱਟੋ ਘੱਟ ਇੱਕ ਤਾਣਾ ਹੀ ਚਾਹੀਦਾ ਠੀਕ ਹੈ ਤਾਂ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਮੰਨ ਲੈਂਦੇ ਆਪਾਂ 24 ਦੇ 24 ਆਪਾਂ ਨੇ ਬਲੂ ਕੱਢ ਲਏ ਠੀਕ ਹੈ ਮੰਨ ਲਓ ਆਪਾਂ ਨੇ ਡਰਾਅਰ ਦੇ ਵਿੱਚੋਂ 24 ਦੇ 24 ਬਲੂ ਕੱਢ ਲਏ ਉਸ ਤੋਂ ਬਾਅਦ ਆਪਾਂ ਨੇ 20 ਦੇ 20 ਕੀ ਆडले ਰੈੱਡ ਕੱਢ ਲਏ ਠੀਕ ਹੈ ਕਿੰਨੇ ਨਿਕਲੇ ਟੋਟਲ 44 ਠੀਕ ਹੈ 44 ਜੋ ਸ਼ੂਜ਼ ਨੇ ਉਹ ਆਪਾਂ ਨੇ ਬਾਹਰ ਕੱਢ ਲਏ ਉਸ ਤੋਂ ਬਾਅਦ ਇੱਕ pair ਸ਼ੂਜ਼ ਹੈ ਜਿਹੜਾ ਆਪਾਂ ਨੇ ਉਹ ਬਲੈਕ ਦਾ ਕਰਨਾ ਤਾਂ ਇਹਦੇ ਵਿੱਚੋਂ ਦੋ ਹੋਰ ਕੱਢ ਲਏ ਆਪਾਂ ਨੇ ਦੋ ਜਿਹੜੇ ਨਿਕਲਣਗੇ ਯਾਨੀ ਟੋਟਲ ਆਪਾਂ 46 ਜਿਹੜੇ ਸ਼ੂਜ਼ ਨੇ ਉਹ ਬਾਹਰ ਕੱਢ ਲਾਂਗੇ ਤਾਂ ਉਸ ਕੇਸ ਦੇ ਵਿੱਚ ਦੋ ਜਿਹੜੇ ਸ਼ੂਜ਼ ਨੇ ਉਹ ਬਲੈਕ ਹੋਣਗੇ ਹੀ ਹੋਣਗੇ ਇਹ ਜਿਹੜੇ 46 ਕੱਢਾਂਗੇ ਇਹਦੇ ਵਿੱਚ ਬਲੈਕ ਦੇ ਜਿਹੜੇ ਇੱਕ ਦੋ ਵੱਧ ਸ਼ੂਜ਼ ਵੀ ਮਤਲਬ ਇੱਕ pair ਤੋਂ ਵੱਧ ਵੀ ਸ਼ੂਜ਼ ਹੋ ਸਕਦੇ ਨੇ ਠੀਕ ਹੈ ਆਪਾਂ ਨੂੰ ਮਿਨੀਮਮ ਕਿਹਾ ਗਿਆ ਹੈ ਐਟ ਲੀਸਟ ਆਪਾਂ ਨੂੰ ਕਿਹਾ ਗਿਆ ਹੈ ਇਸ ਕਰਕੇ ਆਪਾਂ ਇਹਦੇ ਵਿੱਚੋਂ 46 ਜਿਹੜੇ ਪੇਅਰ ਨੇ ਉਹ ਕੱਢਾਂਗੇ ਜਿਹੜੇ ਸ਼ੂਜ਼ ਨੇ ਉਹ ਕੱਢਾਂਗੇ ਕਿਉਂਕਿ ਜਿਸ ਦੇ ਵਿੱਚ 24 ਨੇ ਜਿਹੜੇ ਆ ਜਿਆਦਾ ਤੋਂ ਜਿਆਦਾ ਬਲੂ ਨਿਕਲ ਸਕਦੇ ਨੇ ਤੇ 20 ਜੋ ਰੈੱਡ ਨੇ ਉਹ ਨਿਕਲ ਸਕਦੇ ਨੇ ਬਾਕੀ ਜਿਹੜੇ ਦੋ ਨਿਕਲਣਗੇ ਉਹ ਘੱਟੋ-ਘੱਟ ਹੀ ਨਿਕਲਣਗੇ ਵਾਦੇ ਇਹ ਬਲੈਕ ਵਾਲੇ ਨਿਕਲ ਸਕਦੇ ਨੇ ਠੀਕ ਹੈ ਇਹ ਇਸ ਕਰਕੇ ਆਪਾਂ ਨੂੰ ਟੋਟਲ ਜੋ ਸ਼ੂਜ਼ ਨੇ ਉਹ ਕਿੰਨੇ ਕਰਨੇ ਪੈਣਗੇ 46 ਇਸ ਕਰਕੇ ਆਨਸਰ ਬਣੂਗਾ ਇਸ ਕੁਸ਼ਨ ਦਾ ਆਪਣਾ 46 ਸੀ ਆਪਸ਼ਨ ਉਸ ਤੋਂ ਬਾਅਦ ਨੈਕਸਟ ਕੁਸ਼ਨ ਦੇਖੋ ਇਸ ਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਮਤਲਬ ਦਿੱਤਾ ਗਿਆ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਪੀ ਇਸ ਦਾ ਮਦਰ ਆਫ ਕਯੂ ਐਂਡ ਆਰ ਠੀਕ ਹੈ ਇਸ ਦੇ ਵਿੱਚ ਉਹ ਕਿਸ ਆਪਸ਼ਨ ਦਾ ਮਤਲਬ ਹੈ ਪੀ ਜੋ ਹੈ ਇਹ ਮਦਰ ਹੈ ਕਯੂ ਐਂਡ ਆਰ ਦੀ ਠੀਕ ਹੈ ਇਸ ਕੁਐਸਚਨ ਦਾ ਜਿਹੜਾ ਸਹੀ ਉੱਤਰ ਹੈ ਆਪਣਾ ਉਹ ਹੈ 95th ਨੰਬਰ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਠੀਕ ਹੈ ਇਸ ਕੁਐਸਚਨ ਦਾ ਜਿਹੜਾ ਬੀ ਆਪਸ਼ਨ ਹੈ ਸਭ ਤੋਂ ਪਹਿਲਾਂ ਕਯੂ ਦੇਖੋ ਠੀਕ ਹੈ ਕਯੂ ਜੋ ਹੈ ਇਹ ਕੀ ਹੈ ਇੱਥੇ ਦਿੱਤਾ ਗਿਆ ਹੈ बटे ਦਾ ਇਹਦਾ ਮਤਲਬ ਕੀ ਹੈ ਐਸ ਇਸ ਦਾ ਡਾਕਟਰ ਆਫ ਟੀ ਯਾਨੀ ਕਯੂ ਜੋ ਹੈ ਇਹ ਡਾਕਟਰ ਹੈ ਕਿਸ ਦੀ ਇਹ ਡਾਕਟਰ ਹੈ ਪੀ ਦੀ ਠੀਕ ਹੈ ਉਸ ਤੋਂ ਬਾਅਦ ਪੀ ਇੰਟੂ ਆਰ ਪੀ ਇੰਟੂ ਆਰ ਦਾ ਮਤਲਬ ਕੀ ਹੈ ਐਸ ਇਸ ਦਾ ਮਦਰ ਆਫ ਟੀ ਯਾਨੀ ਪੀ ਜੋ ਹੈ ਇਹ ਮਦਰ ਹੈ ਕਿਸ ਦੀ ਆਰ ਦੀ ਤਾਂ ਇਹ ਦੋਨੋਂ ਜੋ ਨੇ ਬ੍ਰਦਰ ਸਿਸਟਰ ਹੋ ਸਕਦੇ ਨੇ ਜਾਂ ਫਿਰ ਸਿਸਟਰ ਸਿਸਟਰ ਹੋ ਸਕਦੇ ਨੇ ਆਪਾਂ ਨੂੰ ਇਹ ਕਿਹਾ ਗਿਆ ਹੈ ਕਿਸ ਕੇਸ ਦੇ ਵਿੱਚ ਪੀ ਜੋ ਹੈ ਇਹ ਮਦਰ ਹੋਏਗੀ ਕਯੂ ਤੇ ਆਰ ਦੀ ਤਾਂ जो बी ऑप्शन दिता गया अपन बिल्कुल सैटिस्फाई करता है इस क्वेश्चन के दे अकॉर्डिंग इस आंसर बनेगा अपना बी ऑप्शन नाइनटी सिक्स नंबर क्वेश्चन देखो अ मैन गोज़ टू अ पार्क एंड सीज अ गर्ल हू इज हू ही रिकगनाइज टू हिज रेलेटिव एक मैन है जो कि पार्क के गया और इस एक लड़की निका उसने ठीक है और उसने रिकगनाइज किया कि, कि उसका रैलेटिव है ठीक है द गर्ल इज द डॉटर ऑफ जो गर्ल है यह डॉटर है किसती ऑफ हिज सिस्टर्स हसबैंड इतों स्टार्ट हो रहा क्वेश्चन हिज सिस्टरज हस्बैंड आप करेंगे सब तो पहला जो मैन है उसकी सिस्टर बना देंगे सिस्टर है ठीक है यह मैन है यह है ठीक है हिज सिस्टर्स सिस्टरज यदि सिस्टर द हसबैंड आ गया इतें ठीक है हिज सिस्टर्स हसबैंड वाइफ इस हसबैंड वाइफ कौन होगी सिस्टर होगी ठीक है वाइफ्स फादर इतने यदि फादर हो जाएगा इस द इस सिस्टर का इतने फादर आ जाएंगे ठीक है फादर ओनली सन फादरज ओनली सन का मतलब की है इस सिस्टर का ब्रदर हो गया ठीक है यह मैन की ही गल आ गई इतने आप गया है द गर्ल इज़ अ डॉटर मतलब डॉटर किसती है इस मैन की ठीक है डॉटर जो है यह किसती है इस मैन की आपछा गया है हाउ इज़ द गर्ल रिलेटड टू द मैन यो गर्ल है यह जो डॉटर है यह किस तरह एसोसीएट है यह आपको साफ पता लग रहा है इस मैन की क्या डॉक्टर है तो आंसर बन जूस क्वेश्चन का ਬੀ ਆਪਸ਼ਨ ਪੁੱਤਰੀ ਆਨਸਰ ਬਣ ਜੇਗਾ ਬੀ ਆਪਸ਼ਨ ਡਾਕਟਰ ਉਸ ਤੋਂ ਬਾਅਦ ਨੈਕਸਟ ਕੁਸ਼ਚਨ ਦੇਖੋ ਇੱਕ ਸਰਟਨ ਕੋਡ ਦੇ ਵਿੱਚ ਰੋਜ਼ ਦਾ ਮਤਲਬ ਕੀ ਹੈ 9615 ਫਲਾਵਰ ਦਾ ਮਤਲਬ 636 559 ਗਾਰਡਨ ਦਾ ਮਤਲਬ ਪੁੱਛਿਆ ਗਿਆ ਆਪਾਂ ਨੂੰ ਗਾਰਡਨ ਠੀਕ ਹੈ ਗਾਰਡਨ ਸਭ ਤੋਂ ਪਹਿਲਾਂ ਜੇ ਅਗਰ ਆਪਾਂ ਦੇਖੀਏ 1 2 3 4 5 6 ਠੀਕ ਹੈ ਜਿਵੇਂ ਤੇ ਆਪਾਂ ਨੂੰ ਇਹਨਾਂ ਦੇ ਵਿੱਚ ਕਾਮਨ ਅਗਰ ਦੇਖੀਏ ਇਨਾਂ ਦੇ ਵਿੱਚ ਦੋਨਾਂ ਦੇ ਵਿੱਚੋਂ ਜੇ ਅਗਰ ਕਾਮਨ ਦੇਖੀਏ ਤਾਂ ਇੱਕ ਤਾਂ ਆਰ ਹੈ ਤੇ ਇੱਕ ਈ ਹੈ ਈ ਦਾ ਕੋਡ ਕਿੰਨਾ ਹੈ ਈ ਦਾ ਕੋਡ ਹੈ 5 ਤਾਂ 5 ਲਿਖ ਦਾਂਗੇ ਆਰ ਦਾ ਕੋਡ ਕੀ ਹੈ ਆਰ ਦਾ ਕੋਡ ਹੈ 9 ਤਾਂ ਉਹ ਲਿਖ ਦਾਂਗੇ ਆਪਾਂ 9 ਠੀਕ ਹੈ ਆਰ ਦਾ ਕੋਡ ਹੈ 9 ਤਾਂ 9 ਲਿਖ ਦਾਂਗੇ ਠੀਕ ਹੈ ਇਹ ਦੋਨੋਂ ਕੋਡ ਲਿਖਤੇ ਆਪਾਂ ਨੇ ਉਸ ਤੋਂ ਬਾਅਦ ਨੈਕਸਟ ਆਪਾਂ ਕੀ ਦੇਖ ਸਕਦੇ ਹਾਂ ਇਹਦੇ ਵਿੱਚ ਅਗਰ ਆਪਾਂ ਦੇਖੀਏ ਈ ਹੈ ਇੱਥੇ ਇੱਥੇ 5 ਯੂਜ਼ ਕੀਤਾ ਹੈ ਈ ਦੀ ਜਿਹੜੀ ਪਲੇਸਮੈਂਟ ਵੈਲਿਊ ਹੁੰਦੀ ਹੈ ਉਹ ਕਿੰਨੀ ਦੀ ਹੈ 5 ਹੀ ਹੁੰਦੀ ਹੈ ਠੀਕ ਹੈ ਇਸੇ ਤਰ੍ਹਾਂ E ਇੱਥੇ ਦਿੱਤਾ ਗਿਆ ਹੈ E ਦੀ ਪਲੇਸਮੈਂਟ ਵੈਲਿਊ ਕਿੰਨੀ ਹੁੰਦੀ ਹੈ 5 ਤਾਂ 5 ਯੂਜ਼ ਕੀਤਾ ਯਾਨੀ ਕਹਿਣ ਦਾ ਮਤਲਬ ਕੀ ਹੈ ਜੋ ਪਲੇਸਮੈਂਟ ਵੈਲਿਊਜ਼ ਨੇ ਉਹ ਵੀ ਇਹਨਾਂ ਨੇ ਯੂਜ਼ ਕੀਤੀਆਂ ਨੇ ਅਗਰ G ਦੀ ਪਲੇਸਮੈਂਟ ਵੈਲਿਊ ਦੇਖੀਓ ਕਿੰਨੀ ਹੁੰਦੀ ਹੈ 7 ਤਾਂ 7 ਲਿਖ ਦਾਂਗੇ A ਦੀ ਕਿੰਨੀ ਹੁੰਦੀ ਹੈ 1 ਹੁੰਦੀ ਹੈ ਉਹ ਲਿਖ ਦਾਂਗੇ R ਜੋ ਹੈ ਇਸ ਦੀ 9 ਹੈ 9 ਕਿਉਂ ਹੈ ਉਹਦਾ ਰੀਜ਼ਨ ਹੈ ਠੀਕ ਹੈ 0 ਤੋਂ ਲੈ ਕੇ ਇਹ 9 ਤੱਕ ਯੂਜ਼ ਕਰ ਰਹੇ ਨੇ 1 ਤੋਂ ਲੈ ਕੇ ਠੀਕ ਹੈ 1 ਤੋਂ ਲੈ ਕੇ 9 ਤੱਕ ਯੂਜ਼ ਕਰ ਰਹੇ ਨੇ ਜਦੋਂ 9 ਤੋਂ ਬਾਅਦ ਆਂਦਾ ਹੈ ਇਹ ਫੇਰ ਤੋਂ ਇੱਕ ਤੋਂ ਸਟਾਰਟ ਕਰ ਦਿੰਨੇ ਯਾਨੀ 10 ਨੂੰ ਕੀ ਲਿਖਤੇ ਨੇ ਫੇਰ ਤੋਂ ਇਹ ਇੱਕ ਇਸ ਕਰਕੇ ਜੋ ਆਰਦੀ ਵੈਲਿਊ ਹੁੰਦੀ ਹੈ ਪਲੇਸਮੈਂਟ ਵੈਲਿਊ ਕਿੰਨੀ ਹੁੰਦੀ ਹੈ 18 ਤਾਂ ਇੱਥੇ ਇਹਨਾਂ ਨੇ 9 ਲਿਖਿਆ ਇਸ ਕਰਕੇ ਡੀ ਦੀ ਕਿੰਨੀ ਹੁੰਦੀ ਹੈ 4 4 ਲਿਖ ਦਾਂਗੇ ਈ ਦੀ 5 ਹੁੰਦੀ ਹੈ 5 ਲਿਖਤੀ ਤੇ ਐਨ ਦੀ ਕਿੰਨੀ ਹੁੰਦੀ ਹੈ ਐਨ ਦੀ ਪਲੇਸਮੈਂਟ ਵੈਲਿਊ ਕਿੰਨੀ ਹੁੰਦੀ ਹੈ 14 ਠੀਕ ਹੈ 9 ਤੱਕ ਤਾਂ ਐਸ ਇਟ ਇਜ਼ ਆ ਜਾਊਗਾ ਉਸ ਤੋਂ ਬਾਅਦ 9 ਮਾਈਨਸ ਕਰਾਂਗੇ ਤਾਂ ਵੈਲਿਊ ਕਿੰਨੀ ਆ ਜੂਗੀ 5 ਤਾਂ 5 ਕੀ ਦੀ ਵੈਲਿਊ ਹੋ ਜੂਗੀ ਇਹਦੀ ਠੀਕ ਹੈ ਐਨ ਦੀ ਆਪਣੇ ਕੋਲ ਜਿਹੜੀ ਇਸ ਦੀ ਪਲੇਸਮੈਂਟ ਵੈਲਿਊ ਬਣ ਗਈਆਂ ਯਾਨੀ ਇਸ ਦਾ ਕੋਡਿੰਗ ਲੈਂਗੁਏਜ ਦੇ ਵਿੱਚ ਜੋ ਆਪਣਾ ਮਤਲਬ ਬਣ ਗਿਆ ਉਹ ਕੀ ਬਣ ਗਿਆ 719 455 719 455 ਯਾਨੀ ਆਂਸਰ ਬਣ ਜੇਗਾ ਸੀ ਆਪਸ਼ਨ ਇਸ ਕੁਸ਼ਚਨ ਦਾ ਆਂਸਰ ਬਣੇਗਾ ਸੀ ਆਪਸ਼ਨ 719 455 ਉਸ ਤੋਂ ਬਾਅਦ ਨੈਕਸਟ ਕੁਸ਼ਚਨ ਦੇਖੋ 98th ਨੰਬਰ ਕੁਸ਼ਚਨ ਵਰਕਿੰਗ ਸਪੀਡਸ ਆਫ 3 ਮਸ਼ੀਨਸ ਆ ਤਿੰਨ ਮਸ਼ੀਨਸ ਨੇ ਇਹਨਾਂ ਦੀ ਵਰਕਿੰਗ ਸਪੀਡ ਦਿੱਤੀ ਆਪਾਂ ਨੂੰ ਰੇਸ਼ੀਓ ਦੇ ਵਿੱਚ 2 4 ਤੇ 5 ਉਸ ਤੋਂ ਬਾਅਦ ਇਹਨਾਂ ਦੀ ਮੇਨਟੇਨੈਂਸ ਕਰਵਾਈ ਗਈ ਕਹਿੰਦੇ ਇਹਨਾਂ ਦੀ ਸਪੀਡ ਹੈ ਜਿਹੜੀ ਉਹ ਇੰਪਰੂਵ ਹੋ ਗਈ ਕਿੰਨੀ ਕਿੰਨੀ 25% 25% ਤੇ 50% ਯਾਨੀ ਕਹਿੰਦਾ ਮਤਲਬ ਕੀ ਹੈ ਤਿੰਨ ਮਸ਼ੀਨਸ ਨੇ ਮੰਨ ਲਓ A B ਤੇ C ਠੀਕ ਹੈ ਔਰ ਇਹਨਾਂ ਦੀ ਜੋ ਮੇਨਟੇਨੈਂਸ ਕਰਾਉਣ ਤੋਂ ਬਾਅਦ ਜਿਹੜੀ ਸਪੀਡ ਹੈ ਉਹ ਇੰਪਰੂਵ ਹੋ ਗਈ 25 25 50 ਉਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਗਿਆ ਇਹਦੇ ਵਿੱਚ ਜੋ ਨਮੀ ਸਪੀਡ ਦੀ ਰੇਸ਼ੋ ਹੈ ਉਹ ਕਿੰਨੀ ਹੋਊਗੀ ਇਹ ਆਪਾਂ ਨੂੰ ਕੁਸ਼ਣ ਦੇ ਵਿੱਚ ਪੁੱਛਿਆ ਗਿਆ ਹੈ ਅਗਰ ਆਪਾਂ ਦੇਖੀਏ 2 ਦਾ 25% ਕਿੰਨਾ ਹੋ ਜਾਊਗਾ 25 ਦੁਨਾ 50 ਯਾਨੀ 0.5 ਵਧ ਜਾਊਗਾ 2.5 ਆਜੂਗਾ ਇਹਦਾ ਠੀਕ ਹੈ 4 ਦਾ 25% 25 ਚ 100 1 ਵਧ ਜਾਊਗਾ 4 ਤੇ 1 5 ਠੀਕ ਹੈ ਉਸ ਤੋਂ ਬਾਅਦ 50 ਦਾ 5 ਦਾ 50% ਕਿੰਨਾ ਹੋ ਜਾਊਗਾ 2.5 ਹੋ ਜਾਊਗਾ ਤਾਂ 5 ਤੇ 2.5 7.5 ਹੋ ਗਏ ਠੀਕ ਹੈ 2.5 ਦੇ ਟੇਬਲ ਤੇ ਕਰ ਸਕਦੇ ਇਹਨੂੰ ਆਪਾਂ ਬਿਲਕੁਲ ਕਰ ਸਕਦੇ ਆ 2.5 ਤੇ ਕਿੰਨਾ ਇਕ ਆ ਗਿਆ ਦੋ ਆ ਗਿਆ ਤੇ ਤਿੰਨ ਆ ਗਿਆ ਯਾਨੀ ਨਵੀਂ ਰੇਸ਼ੋ ਕਿੰਨੀ ਆ ਗਈ 1:2:3 ਇਹਹੀ ਆਪਾਂ ਨੂੰ ਕੁਸ਼ਨ ਅਕੋਰਡਿੰਗ ਪੁੱਛਿਆ ਗਿਆ ਸੀ ਇਸ ਕੁਸ਼ਨ ਦਾ ਜਿਹੜਾ ਸਹੀ ਉੱਤਰ ਬਣ ਜੂਗਾ ਉਹ ਬਣ ਜਾਏਗਾ ਆਪਣਾ ਡੀ ਆਪਸ਼ਨ 1:2:3 ਆਨਸਰ ਬਣ ਜਾਏਗਾ ਡੀ ਆਪਸ਼ਨ ਉਸ ਤੋਂ ਬਾਅਦ 99th ਨੰਬਰ ਕੁਸ਼ਨ ਦੇਖੋ 99 ਨੰਬਰ ਕੁਸ਼ਨ ਦੇਖੋ ਅਬ ਆ ਬੈਗ ਕੰਟੇਨਸ 3 ਰੈੱਡ ਗ੍ਰੀਨ 6 ਗ੍ਰੀਨ 5 ਬਲੂ ਐਂਡ 4 ਯੈਲੋ ਬਾਲਸ ਇੱਕ ਬੈਗ ਦੇ ਵਿੱਚ ਕਹਿੰਦੇ ਇਹ ਇਹ ਬਾਲਸ ਨੇ ਦਿੱਤੀਆਂ ਨੇ ਜੋ ਆਪਾਂ ਨੂੰ ਤਿੰਨ ਰੈੱਡ ਨੇ ਤਿੰਨ ਲਾਲ ਨੇ 6 ਹਰੀਆਂ ਨੇ 5 ਨੀਲੀਆਂ ਨੇ ਤੇ 4 ਪੀਲੀਆਂ ਨੇ ਠੀਕ ਹੈ ਦੋ ਬਾਲਸ ਨੇ ਜਿਹੜੀਆਂ ਉਹ ਡਰੋਨ ਮਤਲਬ ਬਾਹਰ ਕੱਢੀਆਂ ਗਈਆਂ ਰੈਂਡਮਲੀ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਪ੍ਰੋਬੈਬਿਲਟੀ ਪੁੱਛਿਆ ਗਿਆ ਹੈ ਇਹਨਾਂ ਦੇ ਵਿੱਚੋਂ ਕਹਿੰਦੇ ਕੋਈ ਵੀ ਗ੍ਰੀਨ ਨਾ ਹੋਵੇ ਹਰੀ ਨਾ ਹੋਵੇ ਉਸ ਦੀ ਪ੍ਰੋਬੈਬਿਲਟੀ ਕੀ ਹੋਊਗੀ ਤਾਂ ਆਪਾਂ ਕੀ ਕਰ ਸਕਦੇ ਹਾਂ ਤਿੰਨ ਰੈੱਡ ਨੇ 6 그린 ਨੇ 5 블루 ਨੇ ਤੇ 4 ਕੀ ਨੇ येलो ਤੇ ਆਪਾਂ ਨੂੰ ਕੀ ਕਿਹਾ ਗਿਆ ਹੈ ਦੋ ਬੋਲਸ ਆਪਾਂ ਨੇ ਬਾਹਰ ਕਰਨੀਆਂ ਨੇ ਰੈਂਡਮਲੀ ਠੀਕ ਹੈ ਜਿਹਦੇ ਵਿੱਚ ਕਹਿੰਦੇ ਕੋਈ ਵੀ 그린 ਨਾ ਹੋਵੇ 그린 ਕਿੰਨੀਆਂ ਨੇ 6 ਨੇ ਇਹਨਾਂ ਨੂੰ ਬਾਹਰ ਕਰ ਦੋ 3 ਤੇ 5 8 ਤੇ 4 12 ਅਗਰ ਆਪਾਂ 12 ਦੇ ਵਿੱਚੋਂ ਦੋ ਬਾਹਰ ਕਰ ਲਈਏ ਤੇ ਇਸ ਦੀ ਪ੍ਰੋਬੈਬਿਲਟੀ ਆਪਾਂ ਨੇ ਫਾਈਂਡ ਕਰਨੀ ਹੈ ਤਾਂ ਟੋਟਲ ਦੇ ਵਿੱਚੋਂ ਪ੍ਰੋਬੈਬਿਲਟੀ ਕਿੰਨੀ ਆ ਜੂਗੀ 12 ਦੇ ਵਿੱਚੋਂ 18 18 ਦੇ ਵਿੱਚੋਂ ਦੋ ਬਾਹਰ ਕੱਢ ਦਾਂਗੇ ਠੀਕ ਹੈ ਉਸ ਤੋਂ ਬਾਅਦ ਕੀ ਕਰਾਂਗੇ ਇਹਦਾ ਆਪਾਂ 12 11 ਉਸ ਤੋਂ ਬਾਅਦ 10 ਦੇ ਫੈਕਟੋਰੀਅਲ ਨਾਲ 10 ਦਾ ਫੈਕਟੋਰੀਅਲ ਕੈਨਸਲ ਹੋ ਜਾਊਗਾ ਠੀਕ ਹੈ ਇਸੇ ਤਰ੍ਹਾਂ ਇੱਧਰ ਕਿੰਨਾ ਆ ਜਾਊਗਾ ਆਪਣਾ ਇੱਧਰ ਆ ਦੇਗਾ 18 17 16 ਦੇ ਫੈਕਟੋਰੀਅਲ ਨਾਲ 16 ਦਾ ਫੈਕਟੋਰੀਅਲ ਕੈਨਸਲ ਹੋ ਜਾਊਗਾ 2 1 ਯਾਨੀ ਇਹਨਾਂ ਦਾ ਮਤਲਬ ਕੀ ਹੈ ਇਹਨਾਂ ਦੇ ਨਾਲ 2 2 1 ਤੇ 2 1 ਵੀ ਆਉਣਾ ਸੀ ਇਹ ਦੋਨੋਂ ਆਪਸ ਵਿੱਚ ਕੈਨਸਲ ਹੋ ਜਾਣਗੇ ਇਸ ਕਰਕੇ ਆਪਾਂ ਨੇ ਲਿਖੇ ਨਹੀਂ ਹੈਗੇ ਇਹ ਠੀਕ ਹੈ 12 11 ਕੀਤਾ ਤਾਂ ਕਿੰਨਾ ਆ ਗਿਆ 132 ਆ ਗਿਆ 18 17 ਕੀਤਾ 306 ਆ ਗਿਆ ਠੀਕ ਹੈ ਯਾਨੀ ਇਸ ਕੁਐਸਚਨ ਆਨਸਰ ਕੀ ਬਣ ਜਾਊਗਾ 132/306 ਇਸ ਕੁਐਸਚਨ ਆਨਸਰ ਹੈ ਆਪਣਾ ਏ ਆਪਸ਼ਨ 132/306 ਇੱਕ ਵਾਰੀ ਆਪਾਂ ਰਿਕਾਰਡਿੰਗ ਚੈੱਕ ਕਰ ਲਈਏ ਕਿ ਰਿਕਾਰਡਿੰਗ ਚੱਲ ਰਹੀ ਹੈ ਚੱਲ ਰਹੀ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ 100th ਨੰਬਰ ਕੁਐਸਚਨ 100 ਨੰਬਰ ਕੁਐਸਚਨ 100 ਨੰਬਰ ਕੁਐਸਚਨ ਵਿੱਚ ਕਿਹਾ ਗਿਆ ਆਪਾਂ ਨੂੰ ਦੋ ਟ੍ਰੇਨਸ ਨੇ ਕਹਿੰਦੇ ਇਕੁਅਲ ਲੰਬਾਈ ਹੈ ਇਹਨਾਂ ਦੀ ਯਾਨੀ ਲੈਂਥ ਕੀ ਹੈ ਬਰਾਬਰ ਹੈ ਇਕੁਅਲ ਹੈ ਠੀਕ ਹੈ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾ ਰਹੀਆਂ ਨੇ ਇੱਕ ਟ੍ਰੇਨ ਇੱਧਰ ਨੂੰ ਜਾ ਰਹੀ ਹੈ ਇੱਕ ਇੱਧਰ ਨੂੰ ਜਾ ਰਹੀ ਹੈ ਠੀਕ ਹੈ ਇਹ ਇੱਕ ਪੋਲ ਯਾਨੀ ਇੱਕ ਖੰਭਾ ਮੰਨ ਲਓ ਠੀਕ ਹੈ ਇੱਕ ਖੰਭਾ ਹੈ ਮੰਨ ਲਓ ਇੱਥੇ ਠੀਕ ਹੈ ਇਹਨਾਂ ਇਹਨਾਂ ਦੋਨੋਂ ਟ੍ਰੇਨਸ ਦੇ ਦੌਰਾਨ ਇਹਨੂੰ ਕਰਾਸ ਕੀਤਾ ਜਾਂਦਾ ਹੈ 72 ਸੈਕਿੰਡਸ ਦੇ ਵਿੱਚ 72 ਸੈਕਿੰਡਸ ਦੇ ਵਿੱਚ ਪਹਿਲੀ ਦੀ ਟ੍ਰੇਨ ਦੀ ਸਪੀਡ ਕਿੰਨੀ ਹੈ 80 ਹੈ ਤੇ ਦੂਜੀ ਦੀ 70 ਹੈ ਠੀਕ ਹੈ ਆਪਾਂ ਨੂੰ ਲੰਬਾਈ ਪੁੱਛਿਆ ਗਿਆ ਹੈ ਟ੍ਰੇਨ ਦੀ ਕਿੰਨੀ ਹੈ ਠੀਕ ਹੈ ਇੱਥੇ ਅਗਰ ਦੇਖੀ ਆਪਾਂ ਸੈਕਿੰਡਸ ਦੇ ਵਿੱਚ ਦਿੱਤਾ ਤਾਂ ਮੀਟਰ ਪਰ ਸੈਕਿੰਡ ਦੇ ਵਿੱਚ ਸਪੀਡ ਨੂੰ ਫਾਈਂਡ ਕਰ ਲਓ 150 ਹੋ ਜੂਗੀ ਆਪੋਜ਼ਿਟ ਯਾਰੀਆਂ ਨੇ ਤਾਂ ਮਤਲਬ ਇਹਦੀ ਰਿਲੇਟਿਵ ਸਪੀਡ ਕਿੰਨੀ ਆ ਜੂਗੀ 150 ਕਿਲੋਮੀਟਰ ਬਟ ਆਪਣੀ ਮੀਟਰ ਪਰ ਸੈਕਿੰਡ ਵਿੱਚ ਕਨਵਰਟ ਕਰਨਾ ਹੈ ਤਾਂ 150 ਕੋ ਨਾਲ 5/18 ਆ ਜਾਊਗਾ ਠੀਕ ਹੈ ਇੱਥੇ ਕਿੰਨਾ ਆ ਜਾਊਗਾ ਆਪਣੇ ਕੋਲ 15 575 750 बटे ਕਿੰਨਾ ਆ ਗਿਆ 18 ਮੀਟਰ ਪਰ ਸੈਕਿੰਡ ਠੀਕ ਹੈ ਉਸ ਤੋਂ ਬਾਅਦ 72 ਸੈਕਿੰਡ ਦੇ ਵਿੱਚ ਜੋ ਡਿਸਟੈਂਸ ਹੈ ਉਹ ਕਵਰ ਕੀਤਾ ਜਾਂਦਾ ਹੈ ਮਤਲਬ ਪੋਲ ਨੂੰ ਖੰਬੇ ਨੂੰ ਕਵਰ ਕੀਤਾ ਜਾਂਦਾ ਹੈ ਖੰਬੇ ਨੂੰ ਕਵਰ ਕਰਨ ਦਾ ਮਤਲਬ ਕੀ ਹੈ ਆਪਣੀ ਖੁਦ ਦੀ ਹੀ ਲੰਬਾਈ ਜਿਹੜੀ ਉਹ ਕਵਰ ਕੀਤੀ ਹੈ ਠੀਕ ਹੈ ਸਪੀਡ ਇਕੁਅਲ ਟੂ ਡਿਸਟੈਂਸ ਓਵਰ ਟਾਈਮ ਹੁੰਦਾ ਤੇ ਡਿਸਟੈਂਸ ਇਕੁਅਲ ਟੂ ਸਪੀਡ ਇੰਟੂ ਟਾਈਮ ਹੁੰਦਾ ਠੀਕ ਹੈ ਇਥੇ ਸਪੀਡ ਕਿੰਨੀ ਆਪਣੀ 750 18 ਤੇ ਜੋ ਟਾਈਮ ਆ ਕਿੰਨਾ ਹੈ 72 ਸਕੰਡਾ 18 18 72 ਇਧਰ ਵੈਲੀ ਕਿੰਨੀ ਬਣ ਜੂ 750 4 ਕੀਤਾ ਤਾਂ 1500 ਆ ਗਿਆ ਯਾਨੀ ਲੰਬਾਈ ਕਿੰਨੀ ਆ ਗਈ ਦੋਨੋਂ ਟ੍ਰੇਨਸ ਦੀ ਕਿੰਨੀ ਆ ਗਈ 1500 ਮੀਟਰਸ ਆਪਾਂ ਨੂੰ ਜੋ ਲੰਬਾਈ ਹੈ ਦੋਨੋਂ ਟ੍ਰੇਨਸ ਦੀ ਪੁੱਛਿਆ ਹੈ ਅਲੱਗ-ਅਲੱਗ ਤਾਂ ਇਥੇ ਕਿੰਨੀ ਵੈਲੀ ਬਣ ਜੂਗੀ ਆਪਣੀ ਇਥੇ ਵੈਲੀ ਹੋਊਗੀ 3000 750 4 ਕਰਾਂਗੇ 3000 ਮੀਟਰ ਆ ਜੂਗੀ ਦੋਨੋਂ ਟ੍ਰੇਨਸ ਦੀ ਪੁੱਛਿਆ ਤਾਂ 3000 2 ਕਰ ਦਾਂਗੇ ਤਾਂ 15 1500 ਮੀਟਰ ਦੀ ਇਕੁਅਲ ਲੰਬਾਈ ਦੀਆਂ ਜਿਹੜੀਆਂ ਟ੍ਰੇਨਸ ਨੇ ਉਹ ਆ ਜਾਣਗੀਆਂ ਕਿਉਂਕਿ ਆਪਾਂ ਨੂੰ ਇਕੁਅਲ ਲੈਂਥ ਵਾਲੀਆਂ ਟ੍ਰੇਨਸ ਦੀ ਪੁੱਛਿਆ ਨੇ ਇਸ ਕਰਕੇ ਆਨਸਰ ਬਣ ਗਿਆ ਇਸ ਕੁਐਸਚਨ ਦਾ ਸੀ ਆਪਸ਼ਨ 15 1500 ਮੀਟਰ ਦੀ ਜਿਹੜੀ ਲੰਬਾਈ ਆ ਉਹ ਹੈ ਦੋਨੋਂ ਟ੍ਰੇਨਸ ਦੀ ਇਹੀ ਆਪਾਂ ਨੂੰ ਕੁਸ਼ਣ ਦੇ ਕਾਲੀਆਂ ਪੁੱਛਿਆ ਗਿਆ ਸੀ ਇਸ ਦਾ ਆਨਸਰ ਬਣੇਗਾ ਸੀ ਆਪਸ਼ਨ 1500 ਮੀਟਰ ਉਸ ਤੋਂ ਬਾਅਦ ਆਪਣੇ ਜੀਕੇ ਦੇ ਕੁਐਸਚਨਸ ਨੇ ਜਿਹੜੇ ਉਹ ਸਟਾਰਟ ਹੁੰਦੇ ਨੇ ਇੱਥੋਂ ਠੀਕ ਹੈ ਆਪਾਂ ਨੂੰ ਪੁੱਛਿਆ ਗਿਆ ਹੈ 101 ਨੰਬਰ ਕੁਐਸਚਨ ਦੇ ਵਿੱਚ ਫੌਜੀ ਹੀ ਫੌਜੀ ਖਾਸ ਮਹਾਰਾਜਾ ਰਣਜੀਤ ਸਿੰਘ ਐਂਡ ਹਿਸ ਫ੍ਰੈਂਚ ਆਫਿਸਰਜ਼ ਇਹੇ ਬੁਕਸ ਦਿੱਤੀਆਂ ਨੇ ਇੱਧਰ ਰਾਈਟਰਸ ਦਿੱਤੇ ਨੇ ਇਹਨਾਂ ਦੇ ਠੀਕ ਹੈ ਇਹਨਾਂ ਨੂੰ ਆਪਸ ਦੇ ਵਿੱਚ ਆਪਾਂ ਨੇ ਮੈਚ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਫੌਜੀ ਖਾਸ ਮਹਾਰਾਜਾ ਰਣਜੀਤ ਸਿੰਘ ਐਂਡ ਹਿਸ ਫ੍ਰੈਂਚ ਆਫਿਸਰਜ਼ ਇਹ ਜੋ ਕਿਤਾਬਾਂ ਨੂੰ ਕਿਹਨੇ ਲਿਖਿਆ ਇਸ ਕਿਤਾਬ ਨੂੰ ਲਿਖਿਆ ਜੋਤੀ ਐਮ ਰਾਏ ਐਂਡ ਪਤਵੰਤਰ ਐ ਪਤਵੰਤਰ ਸਿੰਘ ਨੇ ਯਾਨੀ ਇਹ ਮੈਚ ਹੋ ਜਾਊਗਾ ਆਪਣਾ ਬੀ ਦੇ ਨਾਲ ਰਣਜੀਤ ਸਿੰਘ ਮਹਾਰਾਜਾ ਆਫ ਦਾ ਪੰਜਾਬ ਰਣਜੀਤ ਸਿੰਘ ਮਹਾਰਾਜਾ ਆਫ ਪੰਜਾਬ ਇਹ ਲਿਖਿਆ ਹੈ ਜਿਨ ਲੈਫੰਟ ਨੇ ਇਹ ਮੈਚ ਹੋ ਰਿਹਾ ਸੀ ਦੇ ਨਾਲ ਦ ਸਿੱਖ ਆਰਮੀ ਦ ਸਿੱਖ ਆਰਮੀ ਇਹ ਜੋ ਕਿਤਾਬ ਹੈ ਇਹ ਲਿਖਿਆ ਹੈ ਕਿਨੇ ਇਨ ਯਨ ਹੀਥ ਨੇ ਯਨ ਹੀਥ ਐਂਪਾਇਰ ਆਫ ਦ ਸਿੱਖ ਦ ਲਾਈਫ ਐਂਡ ਟਾਈਮਸ ਆਫ ਮਹਾਰਾਜਾ ਰঞ্জੀ ਸਿੰਘ ਇਹ ਜੋ ਕਿਤਾਬੇ ਨੂੰ ਕਿਨੇ ਲਿਖਿਆ ਖੁਸ਼ਵੰਤ ਸਿੰਘ ਨੇ ਲਿਖਿਆ ਠੀਕ ਹੈ ਖੁਸ਼ਵੰਤ ਸਿੰਘ ਯਾਨੀ ਇਸ ਕੁਸ਼ਚਨ ਆਨਸਰ ਕਿਹੜਾ ਮੈਚ ਹੋ ਜਾਏਗਾ ਆਪਣਾ ਬੀ ਸੀ ਡੀ ਏ ਬੀ ਸੀ ਡੀ ਏ ਆਨਸਰ ਮੰਨ ਲਿਓ ਇਸ ਕੁਸ਼ਚਨ ਦਾ ਬੀ অপਸ਼ਨ ਹੈ ਅਨਸਰ ਬਣੇਗਾ ਇਸ ਕੁਸ਼ਨ ਦਾ ਬੀ ਆਪਸ਼ਨ which of the following statement is incorrect ਇਹਨਾਂ ਦੇ ਵਿੱਚੋਂ ਗਲਤ ਸਟੇਟਮੈਂਟ ਕਿਹੜੀ ਹੈ ਇਹ ਪੁੱਛਿਆ ਗਿਆ ਆਪਾਂ ਨੂੰ ਇਸ ਕੁਸ਼ਨ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਜ਼ੀ ਇਨੋਗਰੇਟਡ ਬਾਈ ਪੰਡਿਤ ਜਵਾਹਰ ਲਾਲ ਨਹਿਰੂ ਇਨ 1963 ਜੋ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਹੈ ਲੁਧਿਆਣਾ ਦੇ ਵਿੱਚ ਇਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਇਨੋਗਰੇਟ ਕੀਤਾ ਗਿਆ ਸੀ 1963 ਦੇ ਵਿੱਚ ਬਿਲਕੁਲ ਸਹੀ ਹੈ ਸ਼੍ਰੀ ਪ੍ਰਤਾਪ ਸਿੰਘ ਕੈਰੋਂ ਵਾਜ਼ੀ ਚੀਫ ਮਨਿਸਟਰ ਆਫ ਪੰਜਾਬ ਐਟ ਦਾ ਟਾਈਮ ਆਫ ਇਨੋਗਰੇਸ਼ਨ ਪ੍ਰਤਾਪ ਸਿੰਘ ਕਹਿ ਰਹੇ ਜੋ ਨੇ ਉਸ ਸਮੇਂ ਸੀਐਮਸੀ ਚੀਫ ਮਿਨਿਸਟਰ ਸੀ ਪੰਜਾਬ ਦੇ ਠੀਕ ਹੈ ਜਦੋਂ ਇਨੋਗਰੇਟ ਕੀਤੀ ਗਈ ਸੀ ਇਸ ਯੂਨੀਵਰਸਿਟੀ ਨੂੰ ਇਹ ਵੀ ਬਿਲਕੁਲ ਸਹੀ ਹੈ ਇਸ ਦਾ ਪਹਿਲਾ ਕੈਂਪਸ ਪਲਮਪੁਰ ਪਲਮਪੁਰ ਦੇ ਵਿੱਚ ਸਟਿਚੁਏਟਡ ਹੈ ਇਹ ਗਲਤ ਹੈ ਇੱਥੇ ਜੋ ਇਸ ਦਾ ਪਹਿਲਾ ਕੈਂਪਸ ਹੈ ਉਹ ਪਲਮਪੁਰ ਦੇ ਵਿੱਚ ਸਟਿਚੁਏਟ ਨਹੀਂ ਸੀ ਇਸ ਕਰਕੇ ਆਨਸਰ ਬਣੇਗਾ ਇਸ ਕੁਐਸਚਨ ਦਾ ਆਪਣਾ ਸੀ ਆਪਸ਼ਨ ਗਲਤੀ ਪੁੱਛਿਆ ਇਸ ਕਰਕੇ ਆਨਸਰ ਬਣੇਗਾ ਸੀ ਆਪਸ਼ਨ ਪੀ ਐਨ ਥਾਪਰ ਨੇ ਜਿਹੜੇ ਇਹ ਵਾਈਸ ਚਾਂਸਲਰ ਬਣੇ ਸੀ ਪਹਿਲੇ ਇਸ ਯੂਨੀਵਰਸਿਟੀ ਦੇ आपूत स्टेटमेंट पूछा सी इस करके अपना आंसर ही बनेगा सी ऑप्शन फॉर जनरेशन ऑफ प्रोटोप्लासटस फ्रॉम प्लांट सैल्स विच ऑफ द फॉलोइंग कंबीनेशन ऑफ इंजाइम इज यूज ठीक है यानी अपन पूछा गया है फॉर जनरे ऑफ प्रोटो पलासटस फ्रॉम प्लांट सैल्स केब्बीनेशन है इंजाइम यूज़ किया जाता है यह कि कंबीनेशन है यह है सैल्यूलस एंड पैक्टिनेस इस क्वेश्चन आंसर बन जाएगा ए ऑप्शन what is irins ठीक है यानी irins की है ठीक है what is irins ठीक है यह की है यह पूछा गया अपन ने इस क्वेश्चन के बीच यह एक वेब बेस्ड रिसर्च इंफॉर्मेशन मैनेजमेंट सर्विस है इस कर के आंसर बनेगा इस क्वेश्चन अपना बी ऑप्शन इट इज अ वेब रिसर्च इंफॉर्मेशन मैनेजमेंट सर्विस आंसर बनेगा इस क्वेश्चन अपना बी ऑप्शन इन विच ऑफ द फॉलोइंग स्टेटमेंट स्टेट इज भितरकनिका नैशनल पार्क सिचुएटड जो भितरकनिका नैशनल पार्क है कितनेट है राज्य स्टेट गया है यह सीचुएट है आंसर बनेगा इस क्वेश्चन का बी ऑप्शन उड़ीसा ऑफ द फॉलोइंग प्रोविजन ऑन डी पी एस पी डायफ स्टेट पॉलिसी इन द इंडियन कॉन्स्टिट्यूशन द प्रोटैक्शन एंड इम्प्रूवमेंट ऑफ इनवायरमेंट एंड सेफ गार्डिंग ऑफ फॉरैसट एंड वाइल्ड लाइफ ਯਾਨੀ ਆਪਾਂ ਨੂੰ ਪੁੱਛਿਆ ਗਿਆ ਹੈ ਜੋ ਪ੍ਰੋਵੀਜ਼ਨਸ ਨੇ ਡੀ ਪੀ ਐਸ ਪੀ ਦੇ ਅੰਡਰ ਠੀਕ ਹੈ ਡਾਇਰੈਕਟਰੀ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜੋ ਕਿ ਆਪਾਂ ਨੇ ਆਇਰਲੈਂਡ ਤੋਂ ਬੋਰੋ ਕੀਤਾ ਹੈ ਠੀਕ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਸ ਦੇ ਵਿੱਚ ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ এনਵਾਇਰਨਮੈਂਟ ਐਂਡ ਸੇਫਗਾਰਡਿੰਗ ਆਫ ਫੋਰੈਸਟਸ ਐਂਡ ਵਾਈਲਡ ਲਾਈਫ ਇਹ ਜੋ ਕਿਸ ਆਰਟੀਕਲ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਡੀ ਪੀ ਐਸ ਪੀ ਦੇ ਅੰਡਰ ਇਹ ਜੋ ਮੈਂਸ਼ਨ ਕੀਤੇ ਗਏ ਨੇ ਇਹ ਮੈਂਸ਼ਨ ਕੀਤੇ ਗਏ ਨੇ ਆਰਟੀਕਲ 48 ए ਦੇ ਅੰਡਰ ਅਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਡੀ ਆਪਸ਼ਨ ਆਰਟੀਕਲ 48 ए ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ 107 ਨੰਬਰ ਕੁਐਸਚਨ ਇਹਨਾਂ ਦੋਨੋਂ ਸਟੇਟਮੈਂਟਸ ਦੇ ਵਿੱਚ ਪੁੱਛਿਆ ਗਿਆ ਆਪਾਂ ਨੂੰ ਕਿਹੜੀ ਸਟੇਟਮੈਂਟ ਸਹੀ ਹੈ ਠੀਕ ਹੈ ਮੋਸਟ ਐਪਰੋਪ੍ਰੀਏਟ ਸਟੇਟਮੈਂਟ ਪੁੱਛਿਆ ਗਿਆ ਹੈ ਪਹਿਲੀ ਸਟੇਟਮੈਂਟ ਮੀਥੇਨ ਅਬਜ਼ਾਰਬਸ ਠੀਕ ਹੈ ਇਸ ਦੇ ਵਿੱਚ ਕਹਿਆ ਗਿਆ ਆਪਾਂ ਨੂੰ ਮੀਥੇਨ ਅਬਜ਼ਾਰਬਸ ਲੌਂਗ ਵੇਵ ਰੇਡੀਏਸ਼ਨ ਐਂਡ ਇਟ ਇਜ਼ ਇਨਕਰੀਜ਼ਡ ਇਨ ਕਨਸੈਂਟ੍ਰੇਸ਼ਨ ਇਨ ਦਾ ATMOSPHERE ਡਿਊ ਟੂ ਗ੍ਰੇਟ ਐਕਸਪੈਂਸ਼ਨ ਇਨ ਕੈਟਲ ਐਂਡ ਸ਼ੀਪ ਫਾਰਮਿੰਗ ਮੀਥੇਨ ਜਿਹੜਾ ਅਬਜ਼ਾਰਵ ਕਰਦੀ ਹੈ ਲੌਂਗ ਵੇਵ ਰੇਡੀਏਸ਼ਨ and it is increased in concentration in the atmosphere. Okay? and uh, due to great exp uh, expansion in cattle and sheep farming, will statement. Okay? expansion in rice production is uh, falsely associated with an increase in methane production because methane-producing uh, bacteria do not inhabit, inhabit uh, the flooded field. ਇਹ ਦੋਨੋਂ ਸਟੇਟਮੈਂਟਸ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਆਪਾਂ ਨੂੰ ਇਸ ਦੇ ਵਿੱਚ ਜੋ ਸਹੀ ਸਟੇਟਮੈਂਟ ਹੈ ਉਹ ਆਪਣੀ ਪਹਿਲੀ ਜੋ ਦੂਜੀ ਸਟੇਟਮੈਂਟ ਹੈ ਗਲਤ ਦਿੱਤੀ ਗਈ ਹੈ ਇਸ ਕਰਕੇ ਆਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਸਟੇਟਮੈਂਟ 1 ਇਜ਼ ਕਰੈਕਟ ਬਟ ਸਟੇਟਮੈਂਟ 2 ਇਜ਼ ਇਨਕਰੈਕਟ ਆਨਸਰ ਬਣੇਗਾ ਸੀ ਆਪਸ਼ਨ ਆਨਸਰ ਬਣੇਗਾ ਸੀ ਆਪਸ਼ਨ 117 ਨੰਬਰ ਕੁਸ਼ਨ ਦਾ ਵਿਚ 3 ਇੰਡੀਅਨ ਸਟੇਟਸ ਡਿਲੇਡ ਐਕਸੈਸ਼ਨ ਆਫ ਇੰਡੀਆ ਈਵਨ ਆਫਟਰ ਅਦਰ ਪ੍ਰਿੰਸੀਪਲ ਸਟੇਟਸ ਹੈਡ ਜੁਆਇੰਡ ਇੰਡੀਆ ਬਾਕੀ ਜੋ ਪ੍ਰਿੰਸੀਪਲ ਸਟੇਟਸ ਸੀ ਉਹਨਾਂ ਨੇ ਜੁਆਇਨ ਕਰ ਲਿਆ ਸੀ ਇੰਡੀਆ ਦੇ ਵਿੱਚ ਬਟ ਕੁਝ ਤਿੰ ਤਿੰਨ ਇੰਡੀਅਨ ਸਟੇਟਸ ਸੀ ਜਿਨ੍ਹਾਂ ਦੇ ਦੁਆਰਾ ਡਿਲੇ ਕੀਤਾ ਗਿਆ ਸੀ ਲੇਟ ਕੀਤਾ ਗਿਆ ਸੀ ਦੇਰੀ ਕੀਤੀ ਗਈ ਸੀ ਇੰਡੀਆ ਦੇ ਵਿੱਚ ਜੁੜਨ ਦੇ ਲਈ ਇੰਡੀਆ ਦੇ ਵਿੱਚ ਜੁਆਇਨ ਕਰਨ ਦੇ ਲਈ ਇਹ ਤਿੰਨੋਂ ਜੋ ਪ੍ਰਿੰਸੀਪਲ ਸਟੇਟਸ ਨੇ ਉਹ ਕਿਹੜੀਆਂ-ਕਿਹੜੀਆਂ ਨੇ ਠੀਕ ਹੈ ਇਹ ਕਿਹੜੀਆਂ-ਕਿਹੜੀਆਂ ਨੇ ਤਿੰਨੋਂ ਸਟੇਟਸ ਜੁੰਨਾਗੜ ਹਾਈਦਰਾਬਾਦ ਤੇ ਜੰਮੂ ਐਂਡ ਕਸ਼ਮੀਰ ਅਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਸਹੀ ਆਪਸ਼ਨ ਜੁੰਨਾਗੜ ਹਾਈਦਰਾਬਾਦ ਤੇ ਜੰਮੂ ਐਂਡ ਕਸ਼ਮੀਰ which of these do not constitute the primary functions of NABARD ਜੋ ਨੈਸ਼ਨਲ ਐਗਰੀਕਲਚਰ ਬੈਂਕ ਹੈ ਠੀਕ ਹੈ ਆਪਾਂ ਨੂੰ ਪੁੱਛਿਆ ਗਿਆ ਨਬਾਰ ਦੇ ਬਾਰੇ ਠੀਕ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਇਜ਼ ਦਾ ਪ੍ਰਾਇਮਰੀ ਫੰਕਸ਼ਨ ਕਿਹੜਾ ਨਹੀਂ ਹੈਗਾ ਠੀਕ ਹੈ ਜੋ ਇਜ਼ ਦਾ ਪ੍ਰਾਇਮਰੀ ਫੰਕਸ਼ਨ ਨਹੀਂ ਹੈਗਾ ਉਹਦੇ ਬਾਰੇ ਗੱਲ ਕੀਤੀ ਗਈ ਹੈ ਉਹ ਕਿਹੜਾ ਨਹੀਂ ਹੈ ਠੀਕ ਹੈ ਟੂ ਸਰਵ ਐਜ਼ ਐਨ ਅਪੈਕਸ ਫਾਈਨਾਂਸਿੰਗ ਏਜੰਸੀ ਫਾਰ ਦਾ ਇੰਸਟੀਟਿਊਸ਼ਨਸ ਪ੍ਰੋਵਾਈਡਿੰਗ ਇਨਵੈਸਟਮੈਂਟ ਐਂਡ ਪ੍ਰੋਡਕਸ਼ਨ ਕ੍ਰੈਡਿਟ ਫਾਰ ਪ੍ਰੋਮੋਟਿੰਗ ਡਿਵੈਲਪਮੈਂਟ ਐਕਟੀਵिटीज ਇਨ ਅ ਰੂਰਲ ਐਂਡ ਸੈਮੀ ਅਰਬਨ ਏਰੀਆਜ਼ ਕਹਿੰਦੇ ਇਹ ਅਪੈਕਸ ਫਾਈਨਾਂਸਿੰਗ ਏਜੰਸੀ ਹੈ ਠੀਕ ਹੈ ਜੋ ਇਨਵੈਸਟਮੈਂਟ ਤੇ ਪ੍ਰੋਡਕਸ਼ਨ ਇਨਵੈਸਟਮੈਂਟ ਪ੍ਰੋਵਾਈਡ ਕਰਦੀ ਹੈ ਪ੍ਰੋਡਕਸ਼ਨ ਕ੍ਰੈਡਿਟ ਫੋਰ ਜੋ ਡਵੈਲਪਮੈਂਟ ਐਕਟੀਵਿਟੀਜ਼ ਦੇ ਲਈ ਰੂਰਲ ਤੇ ਸੈਮੀ ਅਰਬਨ ਏਰੀਆਜ਼ ਦੇ ਵਿੱਚ ਜੋ ਪਹਿਲੀ ਹੀ ਸਟੇਟਮੈਂਟ ਹੈ ਇਹ ਆਪਾਂ ਨੂੰ ਗਲਤ ਦਿੱਤੀ ਗਈ ਹੈ ਇਸ ਕਰਕੇ ਆਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਏ ਆਪਸ਼ਨ ਬਾਕੀ ਤਿੰਨੋਂ ਜੋ ਸਟੇਟਮੈਂਟਸ ਨੇ ਬਿਲਕੁਲ ਸਹੀ ਨੇ ਯਾਨੀ ਤਿੰਨੋਂ ਦੇ ਤਿੰਨੋਂ ਜੋ ਫੰਕਸ਼ਨਸ ਨੇ ਉਹ ਮੇਨ ਫੰਕਸ਼ਨਸ ਨੇ ਪ੍ਰਾਇਮਰੀ ਫੰਕਸ਼ਨਸ ਨੇ ਨਵਾਰਦੇ ਜੋ ਪਹਿਲੀ ਸਟੇਟਮੈਂਟ ਹੈ ਇਹ ਜੋ ਪ੍ਰਾਇਮਰੀ ਫੰਕਸ਼ਨ ਦੇ ਅੰਡਰ ਨਹੀਂ ਆਉਂਦਾ ਨਵਾਰਦੇ ਇਸ ਕਰਕੇ ਆਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਏ ਆਪਸ਼ਨ the increase in oil seeds production was due to which of the following revolution yani oil seeds production de vich kafi increase dekhan nu milya si theek hai kis revolution de karan dekhan nu milya si eh revolution si jehda ho si yellow revolution is kar ke answer banega is question da apna b option yellow revolution eh 10 question gk de si jis de vich current affairs punjab gk sara kuch include si ho apan ne cover kar leya us to baad jo uh, punjabi compulsory de question ne ho apan discuss karde ha 111 number question dekho ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਡੈਸ਼ ਲੈ ਗਈ ਇਹ ਇੱਕ ਅਖੰਡ ਦਿੱਤਾ ਗਿਆ ਆਪਾਂ ਨੂੰ ਇਹਨੂੰ ਆਪਾਂ ਨੇ ਪੂਰਾ ਕਰਨਾ ਹੈ ਠੀਕ ਹੈ ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਡੈਸ਼ ਲੈ ਗਈ ਠੀਕ ਹੈ ਇਹ ਆਪਾਂ ਨੇ ਪੂਰਾ ਕਰਨਾ ਹੈ ਇੱਥੇ ਕੀ ਆਏਗਾ ਇੱਲਾ ਠੀਕ ਹੈ ਮਤਲਬ ਇਸ ਕੁਸ਼ਚਨ ਦਾ ਆਨਸਰ ਬਣੇਗਾ ਏ ਆਪਸ਼ਨ ਇੱਲ ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ ਇਹਦਾ ਮਤਲਬ ਕੀ ਹੈ ਇਸ ਅਖਾਣ ਦਾ ਠੀਕ ਹੈ ਇਹ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਠੀਕ ਹੈ ਕਿਸੇ ਇਸ ਦਾ ਇਹ ਮਤਲਬ ਹੈ ਉਹ ਕੀ ਹੈ ਇੱਕ ਮਿੰਟ ਕਿਸੇ ਸ਼ਾਇਦੇ ਮਿਲ ਜਾਨ ਦੀ ਪੱਕੀ ਆਸ ਤਾਰ ਕੇ ਉਹਨੂੰ ਲਾਨ ਵਰਤਨ ਲਈ ਵਰਤਨ ਲਈ ਤਿਆਰ ਤਿਆਰ ਹੋਣਾ ਪਰ ਅਚਨਚੇਤ ਅਚਨਚੇਤ ਹੱਥੋਂ ਖੁੱਸ ਜਾਣਾ ਮਤਲਬ ਕੀ ਹੈ ਦਾ ਕਿਸੇ ਚੀਜ਼ ਦਾ ਪੱਕੀ ਆਸ ਹੋਵੇ ਆਪਾਂ ਨੂੰ ਕਿਸੇ ਚੀਜ਼ ਦੀ ਕੀ ਇਹ ਮਿਲੇਗੀ ਹੀ ਮਿਲੇਗੀ ਬਟ ਅਚਨਚੇਤ ਉਹ ਅਤੋਂ ਖੁੱਸ ਜਾਂਦੀ ਐ ਤਾਂ ਉਸ ਦੇ ਲਈ ਆਪਾਂ ਇੱਕ ਅਖਾਨ ਵਰਤਦੇ ਆਂ ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ ਮਤਲਬ ਕੀ ਐ ਜਿਸ ਦੀ ਪੱਕੀ ਆਸ ਸੀ ਆਪਾਂ ਨੂੰ ਕਿ ਆਪਾਂ ਨੂੰ ਇਹ ਚੀਜ਼ ਮਿਲਣੀ ਹੀ ਮਿਲਣੀ ਐ ਉਹ ਅਚਨ ਚੇਤ ਆਪਾਂ ਨੂੰ ਪਤਾ ਲੱਗਦਾ ਕਿ ਉਹ ਜੋ ਆਪਣੇ ਹੱਥੋਂ ਖੁੱਸ ਗਈ ਐ ਉਸ ਦੇ ਲਈ ਆਪਾਂ ਇਹ ਅਖਾਨ ਜਿਹੜਾ ਉਹ ਵਰਤਦੇ ਆਂ ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ ਅੱਕੀ ਪਲਾਈ ਹੱਥ ਮਾਰਨੇ ਕੀ ਪਲਾਹੀ ਹੱਥ ਮਾਰਨੇ ਦਾ ਅਰਥ ਆਪਾਂ ਨੇ ਜਿਹੜਾ ਫਾਈਂਡ ਕਰਨਾ ਹੈ ਇਸ ਦਾ ਮਤਲਬ ਹੁੰਦਾ ਹੈ ਆਸਰਾ ਪਾ ਲੈਣਾ ਇਸ ਕੁਸ਼ਚਨ ਆਨਸਰ ਬਣੇਗਾ ਬੀ ਆਪਸ਼ਨ ਆਸਰਾ ਪਾ ਲੈਣਾ ਪੁਰਖਵਾਚਕ ਪਰਨਾਵ ਦੇ ਪ੍ਰਕਾਰਾਂ ਅਨੁਸਾਰ ਕਿਹੜਾ ਜੋਟ ਠੀਕ ਹੈ ਪੁਰਖਵਾਚਕ ਪਰਨਾਵ ਠੀਕ ਹੈ ਜਿਹੜੇ ਅੱਗੇ ਤਿੰਨ ਪ੍ਰਕਾਰ ਦੇ ਹੁੰਦੇ ਨੇ ਉਤਮ ਮੱਧਮ ਤੇ ਅੰਨੇ ਪੁਰਖ ਠੀਕ ਹੈ ਇਹਦੇ ਵਿੱਚ ਪੁੱਛਿਆ ਗਿਆ ਆਪਾਂ ਨੂੰ ਪੁਰਖਵਾਚਕ ਪਰਨਾਵ ਦੇ ਪ੍ਰਕਾਰਾਂ ਅਨੁਸਾਰ ਕਿਹੜਾ ਜੋਟ ਠੀਕ ਹੈ ਇਹਦੇ ਬਾਰੇ ਗੱਲ ਕੀਤੀ ਗਈ ਹੈ ਇਸ ਦਾ ਜਿਹੜਾ ਸਹੀ ਉੱਤਰ ਆਪਣਾ ਉਹ ਹੈ ਡੀ ਆਪਸ਼ਨ ਉਹ ਉਹਨਾਂ ਇਨਾਂ ਇਸ ਕੁਸ਼ਨ ਦਾ ਆਨਸਰ ਬਣੇਗਾ ਆਪਣਾ ਬੀ ਆਪਸ਼ਨ ਉਹ ਉਹਨਾਂ ਇੰਨਾ ਹਿੰਦੁਸਤਾਨ ਪਾਕਿਸਤਾਨ ਅਫਗਾਨਿਸਤਾਨ ਉਜ਼ਬੇਕਿਸਤਾਨ ਇਹਨਾਂ ਦੇ ਵਿੱਚ ਜਿਹੜਾ ਪਿਛੇਤਰ ਲੱਗਿਆ ਉਹ ਕਿਹੜਾ ਹੈ ਇਹਨਾਂ ਦੇ ਪਿਛੇ ਜੋ ਪਿਛੇਤਰ ਲੱਗਿਆ ਉਹ ਹੈ ਸਤਾਨ ਠੀਕ ਹੈ ਜਿਵੇਂ ਹਿੰਦੁਸਤਾਨ ਠੀਕ ਹੈ ਪਾਕਿਸਤਾਨ ਇਸੇ ਤਰ੍ਹਾਂ ਅਫਗਾਨਿਸਤਾਨ ਉਜ਼ਬੇਕਿਸਤਾਨ ਇਹ ਕੀ ਹੈ ਆਪਣੇ ਕੋਲ ਸਤਾਨ ਹੈ ਮਤਲਬ ਕੀ ਹੈ ਇਹ 75 ਗਿਆ ਸਤਾਨ ਹੈ ਇਸ ਕਰਕੇ ਆਨਸਰ ਬਣੇਗਾ ਸਤਾਨ ਡੀ ਆਪਸ਼ਨ ਹੇਠ ਲਿਖੇ ਸ਼ਬਦਾਂ ਵਿੱਚ ਖੰਬ ਦਾ ਬਦਲਿਆ ਲਿੰਗ ਚੁਣੋ ਠੀਕ ਹੈ ਯਾਨੀ ਖੰਬ ਦਾ ਆਪਾਂ ਨੇ ਲਿੰਗ ਬਦਲਣਾ ਹੈ ਖੰਬ ਦਾ ਜਿਹੜਾ ਲਿੰਗ ਬਦਲੋ ਹੈ ਉਹ ਕਰਨਾ ਹੈ ਖੰਬ ਦਾ ਜਿਹੜਾ ਸਹੀ ਲਿੰਗ ਬਦਲਿਆ ਗਿਆ ਹੈ ਉਹ ਹੁੰਦਾ ਹੈ ਖੰਬੜੀ ਇਸ ਕੁਸ਼ਚਨ ਆਨਸਰ ਹੈ ਆਪਣਾ ਖੰਬੜੀ ਡੀ ਆਪਸ਼ਨ ਖੰਬੜੀ ਛੁੱਟ ਮਰੋੜੀ ਦਾ ਚਿੰਨ ਕਿਹੜਾ ਹੈ ਇਹਨਾਂ ਦੇ ਵਿੱਚੋਂ ਜੋ ਛੁੱਟ ਮਰੋੜੀ ਦਾ ਚਿੰਨ ਹੈ ਉਹ ਕਿਹੜਾ ਹੈ ਉਹ ਹੈ ਆਪਣੇ ਕੋਲ ਡੀ ਆਪਸ਼ਨ ਇਸ ਨੂੰ ਬੋਲਦੇ ਆਪਾਂ ਛੁੱਟ ਮਰੋੜੀ ਠੀਕ ਹੈ ਜਿਵੇਂ ਆਪਾਂ ਇੱਕ ਉਦਾਹਰਣ ਲਿਖ ਸਕਦੇ ਆ ਜਿਵੇਂ रिहायश खेत च है च ही है या फिर ठीक है जिमें साइश खेत च ही है यह की है छुट्ट मरौड़ी इतने यूज की गई है ठीक है इस करके अपना आंसर बनेगा इस क्वेश्चन का डे ऑप्शन इस बोलते हैं आप छुट्ट तो बाद पंजाबी रूप अपने ने करना है ਆਈਡੀਓਲੋਜੀਕਲ ਡਿਫਰੈਂਸਸ ਕੈਨ ਬੀ ਰਿਜ਼ੋਲਵਡ ਵਿਦ ਮੈਚਿਓਰਿਟੀ ਇਸ ਨੂੰ ਆਪਣੇ ਪੰਜਾਬੀ ਦੇ ਵਿੱਚ ਕਨਵਰਟ ਕਰਨਾ ਹੈ ਆਈਡੀਓਲੋਜੀਕਲ ਡਿਫਰੈਂਸਸ ਕੈਨ ਬੀ ਰਿਜ਼ੋਲਵਡ ਵਿਦ ਮੈਚਿਓਰਿਟੀ ਇਸ ਕੁਐਸਚਨ ਦਾ ਜਿਹੜਾ ਸਹੀ ਉੱਤਰ ਆਪਣਾ ਸਹੀ ਜੋ ਪੰਜਾਬੀ ਅਨੁਵਾਦ ਕੀਤਾ ਗਿਆ ਹੈ ਉਹ ਹੈ ਏ ਆਪਸ਼ਨ ਦੇ ਵਿੱਚ ਆਈਡੀਓਲੋਜੀਕਲ ਮਤਲਬ ਵਿਚਾਰਧਾਰਕ ਡਿਫਰੈਂਸਸ ਮਤਲਬ ਮਤਭੇਦਾਂ ਨੂੰ ਠੀਕ ਹੈ ਰਿਜ਼ੋਲਵਡ ਨੂੰ ਮਤਲਬ ਕੀ ਲਿਖਾਂਗੇ ਆਪਾਂ ਨੋ ਪਰਿਪੱਕਤਾ ਨਾਲ ਹੱਲ ਕੀਤਾ ਜਾ ਸਕਦਾ ਹੈ ਕੈਨ ਯੂਜ਼ ਕੀਤਾ ਤਾਂ ਕੀਤਾ ਜਾ ਸਕਦਾ ਲਿਖ ਲਾਂਗੇ ਆਪਾਂ ਠੀਕ ਹੈ ਵਿਚਾਰਧਾਰਕ মতਪੇਤਾਂ ਨੂੰ ਪਰਿਪੱਕਤਾ ਨਾਲ ਹੱਲ ਕੀਤਾ ਜਾ ਸਕਦਾ ਹੈ ਇਸ ਕਰਕੇ ਆਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਏ ਆਪਸ਼ਨ ਇੱਥੇ ਆਪਣੇ ਕੋਲ ਜੋ ਨੰਬਰਸ ਨੇ ਉਹ ਦਿੱਤੇ ਗਏ ਨੇ ਇਹਨਾਂ ਦਾ ਪੰਜਾਬੀ ਰੂਪ ਲਿਖਣਾ ਹੈ ਆਪਾਂ ਨੇ 199738 ਠੀਕ ਹੈ ਇਹਦਾ ਮਤਲਬ ਕੀ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹਾਂ ਹਜ਼ਾਰ ਲੱਖ ਮਤਲਬ ਕਿ 1 ਲੱਖ ਤੋਂ ਸਟਾਰਟ ਹੋ ਰਿਹਾ ਤਾਂ ਸਾਰਿਆਂ ਦੇ ਵਿੱਚ 1 ਲੱਖ ਲਿਖਿਆ ਗਿਆ 99 99 ਦੀ ਸਪੈਲਿੰਗ ਆਪਾਂ ਨੂੰ ਸਹੀ ਪਤਾ ਹੋਣੀ ਚਾਹੀਦੀ ਨੇ ਇਹ ਨਹੀਂ ਹੈਗੇ ਇਹ ਨਹੀਂ ਹੈਗੇ ਠੀਕ ਹੈ ਨਾ ਦੋਨਾਂ ਦੇ ਵਿੱਚ ਆਉਣਗੇ ਦੋਨਾਂ ਦੇ ਵਿੱਚ ਨਿਹੜੀ ਨਿਮੇ ਦੇ ਜਿਹੜੇ ਸਪੈਲਿੰਗ ਨੇ ਬਿਲਕੁਲ ਜਿਹੜੇ ਸਹੀ ਨੇ ਉਹ ਦਿੱਤੇ ਗਏ ਨੇ ਇੱਥੇ ਦੇਖੋ ਤੁਸੀਂ ਧਿਆਨ ਨਾਲ ਇੱਥੇ ਹਜ਼ਾਰ ਨੂੰ ਹਾਜ਼ਰ ਲਿਖ ਰਿਹਾ ਤਾਂ ਇਹ ਵੀ ਆਨਸਰ ਨਹੀਂ ਹੋ ਸਕਦਾ ਆਪਣਾ ਇਹੀ ਚੀਜ਼ਾਂ ਆਪਾਂ ਨੇ ਫਾਈਂਡ ਕਰਨੀਆਂ ਹੁੰਦੀਆਂ ਨੇ ਪੀਪਲ ਦੇ ਵਿੱਚ ਇਸ ਕਰਕੇ ਆਨਸਰ ਬਣਿਓ 118ਵੇਂ ਦਾ ਸੀ ਆਪਸ਼ਨ 199738 ਠੀਕ ਹੈ 199738 ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਭਾਸ਼ਾ ਦੀ ਵਿਸ਼ੇਸ਼ਤਾ ਨਾਲ ਸੰਬੰਧਿਤ ਨਹੀਂ ਹੈ ਭਾਸ਼ਾ ਦੀ ਜੋ ਵਿਸ਼ੇਸ਼ਤਾ ਨਾਲ ਸੰਬੰਧਿਤ ਜਿਹੜਾ ਆਪਸ਼ਨ ਨਹੀਂ ਹੈਗਾ ਉਹ ਕਿਹੜਾ ਹੈ ਸਿਰਜਣਾਤਮਕ ਤੇ ਸਮਾਜਿਕਤਾ ਇਸ ਕਰਕੇ ਆਨਸਰ ਬਣੇਗਾ ਆਪਣਾ ਇਹ ਆਪਸ਼ਨ ਸਿਰਜਣਾਤਮਕ ਤੇ ਸਮਾਜਿਕਤਾ ਬਾਂਗਰ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਵਿੱਚ ਕਾਰਸਥਿਤ ਹੈ ਜੋ ਬਾਂਗਰ ਦਾ ਇਲਾਕਾ ਹੈ ਇਹ ਕਿੱਥੇ ਸਥਿਤ ਹੈ ਕਿਹੜੇ ਦੋ ਦਰਿਆਵਾਂ ਦੇ ਵਿੱਚ ਕਾਰਸਥਿਤ ਹੈ ਇਹ ਸਥਿਤ ਹੈ ਕੱਗਰ ਤੇ ਜਮਨਾ ਦੇ ਵਿਚਕਾਰ ਕੱਗਰ ਤੇ ਜਮਨਾ ਦੇ ਵਿਚਕਾਰ ਦਾ ਜਿਹੜਾ ਇਲਾਕਾ ਹੈ ਉਹ ਦੋ ਦਰਿਆਵਾਂ ਦੇ ਵਿੱਚਕਾਰ ਦਾ ਇਲਾਕਾ ਹੈ ਬਾਂਗਰ ਦਾ ਇਲਾਕਾ ਹੈ ਇਸ ਕਰ ਕੈਂਸਰ ਬਣੇਗਾ ਇਸ ਕੁਸ਼ਣ ਦਾ ਆਪਣਾ ਏ ਆਪਸ਼ਨ ਕਗਰ ਤੇ ਜਮਨਾ ਦੇ ਵਿਚਕਾਰਲੇ ਇਲਾਕੇ ਨੂੰ ਆਪਾਂ ਕੀ ਬੋਲਦੇ ਆਂ ਬਾਂਗਰ ਦਾ ਇਲਾਕਾ ਅਨਸਰ ਬਣੇਗਾ ਏ ਆਪਸ਼ਨ ਸੋ ਇਹ ਸੀ ਆਪਣੇ 30 ਕੁਸ਼ਚਨ ਜੋ ਇਸ ਪੀਪੀਐਸਸੀ ਦੇ ਵੇਅਰ ਹਾਊਸ ਮੈਨੇਜਰ ਦੇ ਪੇਪਰ ਦੇ ਵਿੱਚ ਪੁੱਛੇ ਗਏ ਸੀ ਇਹੇ ਪੇਪਰ 23 ਤਰੀਕ ਨੂੰ ਕੰਡਕਟ ਕੀਤਾ ਗਿਆ ਹੈ ਸੰਡੇ ਵਾਲੇ ਦਿਨ 23 April 2023 ਨੂੰ ਠੀਕ ਹੈ 30 ਕੁਸ਼ਚਨ ਸੀ ਨਾਨ ਟੈਕਨੀਕਲ ਜੋ ਆਪਾਂ ਨੇ ਡਿਸਕਸ ਕੀਤੇ ਨੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਜੋ ਨੈਬ ਸਿਲਦਾਰ ਦਾ ਪੇਪਰ ਹੈ ਉਹ ਵੀ ਬਹੁਤ ਜਲਦੀ ਹੋਣ ਜਾ ਰਹੇ ਹਨ ਠੀਕ ਹੈ 2 ਮਹੀਨੇ ਬਚੇ ਨੇ ਸਿਰਫ ਉਹ ਸਿਰਫ ਨੈਬ ਸਿਲਦਾਰ ਦੇ ਪੇਪਰ ਦੇ ਵਿੱਚ ਤੇ ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਦਾ ਜਿਹੜਾ ਪੇਪਰ ਹੈ ਉਹ ਵੀ ਬਹੁਤ ਹੀ ਜਲਦੀ ਲਿਆ ਜਾਵੇਗਾ ਠੀਕ ਹੈ ਇਸ ਕਰਕੇ ਸਾਡੇ ਦੁਆਰਾ ਸਪੈਸ਼ਲ ਜੋ ਨੋਟਸ ਨੇ ਉਹ ਪ੍ਰਿਪੇਅਰ ਕੀਤੇ ਗਏ ਨੇ ਬਿਲਕੁਲ ਐਗਜ਼ਾਮ ਓਰੀਐਂਟਡ ਨੋਟਸ ਹੋਣਗੇ ਠੀਕ ਹੈ ਇਹ ਸਾਰੇ ਸਬਜੈਕਟ ਤੁਸੀਂ ਨੋਟ ਕਰ ਸਕਦੇ ਹੋ ਮਾਡਰਨ ਹਿਸਟਰੀ ਇੰਡੀਅਨ ਪਾਲਿਟੀ ਜੀਓਗ੍ਰਾਫੀ ਇਕਨੋਮੀ ਬਾਇਓਲੋਜੀ ਪੰਜਾਬ ਜੀਕੇ ਕਰੰਟ ਅਫੇਅਰਸ ਮੈਂਟਲ ਅਬਿਲਟੀ ਐਂਡ ਰੀਜ਼ ਕਵਾਂਟਿਟੇਟਿਵ ਐਪਟੀਟਿਊਡ ਇਹ ਟੋਟਲ ਜਿਹੜੇ ਸਬਜੈਕਟ ਨੇ ਉਹ ਕਿੰਨੇ ਨੇ 9 ਸਬਜੈਕਟਸ ਨੇ ਟੋਟਲ 9 ਸਬਜੈਕਟਸ ਨੇ ਇਹ ਇਹ ਨੋਟਸ ਆਪਾਂ ਨੇ ਤਿਆਰ ਕੀਤੇ ਨੇ ਬਿਲਕੁਲ ਐਗਜ਼ਾਮ ਓਰੀਐਂਟਡ 1 2 3 4 5 6 7 8 9 9 ਸਬਜੈਕਟਸ ਦੇ ਨੋਟਸ ਆਪਾਂ ਨੇ ਤਿਆਰ ਕੀਤੇ ਨੇ ਠੀਕ ਹੈ ਇਹਨਾਂ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਜੋ ਨੋਟਸ ਨੇ ਤੁਹਾਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਮਿਲਣਗੇ ਠੀਕ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ ਤੇ ਪੀਡੀਐਫ ਫਾਰਮੈਟ ਦੇ ਵਿੱਚ ਅਵੇਲੇਬਲ ਹੋਣਗੇ ਠੀਕ ਹੈ ਪੀਡੀਐਫ ਫਾਰਮੈਟ ਦੇ ਵਿੱਚ PDF ਫਾਰਮੈਟ ਬਿਲਕੁਲ ਐਗਜ਼ਾਮ ਓਰੀਐਂਟਡ ਨੋਟਸ ਹੋਣਗੇ ਜਿਹੜੇ ਇਹ ਨੋਟਸ ਨੇ ਜੋ-ਜੋ ਇਹਨਾਂ ਦੇ ਵਿੱਚ ਕਵਰ ਕੀਤਾ ਗਿਆ ਹੈ ਇਹੀ ਆਪਾਂ ਨੇ ਕਵਰ ਕਰਨਾ ਹੈ ਇਸ ਤੋਂ ਬਾਹਰ ਤੁਹਾਨੂੰ ਕਵਰ ਕਰਨ ਦੀ ਜਰੂਰਤ ਨਹੀਂ ਪਊਗੀ ਬਿਲਕੁਲ ਹੀ ਐਗਜ਼ਾਮ ਓਰੀਐਂਟਡ ਤੇ ਪੀਪੀਐਸਸੀ ਲੈਵਲ ਦੇ ਹੀ ਨੋਟਸ ਨੇ ਜਿਹੜੇ ਉਹ ਤਿਆਰ ਕੀਤੇ ਗਏ ਨੇ ਨਾਈਨ ਸਬਜੈਕਟ ਦੇ ਨੋਟਸ ਨੇ ਨੌ ਸਬਜੈਕਟ ਤੇ ਠੀਕ ਹੈ ਔਰ ਹਰ ਇੱਕ ਸਬਜੈਕਟ ਦੇ ਜਿਹੜੇ ਚਾਰजेस ਨੇ ਉਹ ਹਨੇ ਸਿਰਫ ਔਰ ਸਿਰਫ 200 ਰੁਪਿਆ ਠੀਕ ਹੈ ਤੁਸੀਂ ਇੱਕ ਇੱਕ ਸਬਜੈਕਟ ਵੀ ਲੈ ਸਕਦੇ ਹੋ ਜਿਹੜਾ ਸਬਜੈਕਟ ਤੁਹਾਡਾ ਜੋ ਸਬਜੈਕਟ ਦੀ ਤੁਸੀਂ ਜਿਆਦਾ ਤਿਆਰੀ ਕਰਨੀ ਆ ਉਹ ਤੁਸੀਂ ਇੱਥੋਂ ਜਿਹੜਾ ਹੈ ਉਹ ਕਵਰ ਕਰ ਸਕਦੇ ਹੋ ਠੀਕ ਹੈ ਔਰ ਟੋਟਲ ਜੋ ਚਾਰजेस ਨੇ 9 ਦੇ 9 ਸਬਜੈਕਟਸ ਦੇ ਉਹ ਕਿੰਨੇ ਨੇ 1800 ਰੁਪਏ 200 ਰੁਪਏ ਪਰ ਸਬਜੈਕਟ ਤੇ 9 ਸਬਜੈਕਟਸ ਦੇ ਚਾਰजेस ਕਿੰਨੇ ਹੋਗੇ 1800 ਰੁਪਏ ਅਗਰ ਤੁਸੀਂ ਸਾਰੇ ਸਬਜੈਕਟਸ ਦੇ ਪਰਚੇਸ ਕਰਨੇ ਨੇ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ 300 ਰੁਪਏ ਦਾ ਠੀਕ ਹੈ ਯਾਨੀ 9 ਦੇ 9 ਸਬਜੈਕਟਸ ਦੇ ਜਿਹੜੇ ਚਾਰजेस ਨੇ ਉਹ ਕਿੰਨੇ ਪੈਣਗੇ ਸਿਰਫ ਔਰ ਸਿਰਫ ਤੁਹਾਨੂੰ 1500 ਰੁਪਏ ਪੈਣਗੇ ਠੀਕ ਹੈ ਯਾਨੀ 9 ਦੇ 9 ਸਬਜੈਕਟਸ ਬਿਲਕੁਲ ਐਗਜ਼ਾਮ ਓਰੀਐਂਟਡ ਜੋ ਆਪਾਂ ਨੇ ਪੀਪੀਐਸਸੀ ਲੈਵਲ ਦੇ ਤਿਆਰ ਕੀਤੇ ਨੇ ਇਹੇ ਤੁਸੀਂ ਅਗਰ ਪਰਚੇਸ ਕਰਨਾ ਚਾਹੁੰਦੇ ਹੋ ਸਿਰਫ ਔਰ ਸਿਰਫ 1500 ਰੁਪਏ ਦੇ ਵਿੱਚ ਅਵੇਲੇਬਲ ਕਰਵਾਏ ਜਾਣਗੇ ਇਹ ਪੇਮੈਂਟ ਤੁਹਾਨੂੰ ਕਿਦਾਂ ਕਰਨੀ ਹੈ ਪੇਮੈਂਟ ਤੁਸੀਂ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਕਰ ਸਕਦੇ ਹੋ ਇਸ ਨੰਬਰ ਦੇ ਉੱਪਰ 7009868826 ਇਸ ਨੰਬਰ ਦੇ ਉੱਪਰ ਤੁਹਾਨੂੰ ਤਿੰਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਜਿਹੜਾ ਤੁਸੀਂ ਸਿਲੈਕਟ ਕਰ ਸਕਦੇ ਹੋ Google Pay PhonePe Paytm ਇਸ ਨੰਬਰ ਦੇ ਉੱਪਰ ਤੁਹਾਨੂੰ ਪੇਮੈਂਟ ਕਰਨੀ ਹੈ ਸੇਮ ਨੰਬਰ ਦੇ ਉੱਪਰ ਤੁਹਾਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਹੈ ਨਾਲ ਤੁਹਾਨੂੰ ਪੀਪੀਐਸਸੀ ਨੋਟਸ ਮੈਂਸ਼ਨ ਕਰ ਦੇਣਾ ਹੈ ਪੀਪੀਐਸਸੀ ਨੋਟਸ 2023 ਠੀਕ ਹੈ ਇਹ ਤੁਹਾਨੂੰ ਮੈਂਸ਼ਨ ਕਰ ਦੇਣਾ ਹੈ ਸਾਡੀ ਤਰਫ ਤੋਂ ਜਿਹੜੇ ਨੋਟਸ ਨੇ ਉਹ ਤੁਹਾਨੂੰ 1 ਘੰਟੇ ਦੇ ਵਿੱਚ ਵਿੱਚ ਤੁਹਾਡੇ ਵਟਸਐਪ ਨੰਬਰ ਦੇ ਉੱਪਰ ਪੀਡੀਐਫ ਫਾਰਮੈਟ ਦੇ ਵਿੱਚ ਸੈਂਡ ਕਰ ਦਿੱਤੇ ਜਾਣਗੇ ਅਗਰ ਕੋਈ ਬੱਚਾ Google Pay PhonePe Paytm ਵਗੈਰਾ ਯੂਜ਼ ਨਹੀਂ ਕਰਦਾ ਤਾਂ ਉਹ ਸਟੂਡੈਂਟ ਇਸ ਬੈਂਕ ਦੇ ਵਿੱਚ ਵੀ ਆਪਣੀ ਜਿਹੜੀ ट्रांजੈਕਸ਼ਨ ਉਹ ਕਰ ਸਕਦਾ ਹੈ ਠੀਕ ਹੈ اور ਆਪਣੀ ਜਿਹੜੀ ਰਿਸਿਪਟ ਹੈ ਉਹ ਇਸ ਸੇਮ WhatsApp ਨੰਬਰ ਦੇ ਉੱਪਰ ਸੈਂਡ ਕਰਕੇ ਵੀ ਨੋਟਸ ਨੇ ਜਿਹੜੇ ਉਹ ਮੰਗਵਾ ਸਕਦਾ ਹੈ WhatsApp ਨੰਬਰ ਦੇ ਉੱਪਰ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਸਾਰੇ ਸਬਜੈਕਟਸ ਤੁਹਾਨੂੰ ਡਿਟੇਲ ਦੇ ਵਿੱਚ ਕਵਰ ਕਰਵਾਏ ਜਾਣਗੇ ਇਹਨਾਂ ਨੋਟਸਾਂ ਦੇ ਵਿੱਚ ਬਿਲਕੁਲ ਈਜ਼ੀ ਲੈਂਗੁਏਜ ਆਪਾਂ ਨੇ ਇੰਗਲਿਸ਼ ਦੇ ਵਿੱਚ ਇਸ ਦੇ ਵਿੱਚ ਯੂਜ਼ ਕੀਤੀ ਹੈ ਬਿਲਕੁਲ ਐਗਜ਼ਾਮ ਓਰੀਐਂਟਡ ਨੋਟਸ ਹੋਣਗੇ ਤੁਹਾਨੂੰ ਕੋਈ ਵੀ ਬੁੱਕ ਨੂੰ ਜਿਹੜਾ ਹੈ ਪੜ੍ਹਨ ਦੀ ਜ਼ਰੂਰਤ ਨਹੀਂ ਪੈਗੀ ਇਹਨਾਂ ਸਬਜੈਕਟਸ ਦੇ ਵਿੱਚੋਂ ਠੀਕ ਹੈ ਸਾਰਾ ਕੁਝ ਤੁਹਾਡਾ ਜਿਹੜਾ ਹੈ ਇਹਨਾਂ ਨੋਟਸਾਂ ਦੇ ਵਿੱਚ ਕਵਰ ਹੋ ਜਾਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜਾ ਪੇਪਰ ਹੈ ਨੈਪਸੀਲਡਰ ਦਾ ਪੇਪਰ ਹੋਵੇ ਚਾਹੇ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਵੇ ਇਸ ਦੇ ਵਿੱਚ ਜੀਕੇ ਦੇ ਟੋਟਲ ਜੋ ਕੁਐਸਚਨਸ ਨੇ ਉਹ 80 ਆਣੇ ਨੇ ਇਸ ਕਰਕੇ ਆਪਾਂ ਨੇ ਐਨੀ ਜੋ ਵੇਟੇਜ ਆਉ ਦਿੱਤੀ ਹੈ ਸਾਰੇ ਸਵੈਕਸ ਦੀ ਠੀਕ ਹੈ 80 ਕੁਐਸਚਨ ਆਪਣੇ ਜੀਕੇ ਦੇ ਆਣੇ ਨੇ ਤੇ ਬਾਕੀ ਰੀਜ਼ਨਿੰਗ ਤੇ ਮੈਥ ਤੋਂ ਟੋਟਲ 40 ਕੁਐਸਚਨ ਆਣੇ ਨੇ ਇਸ ਕਰਕੇ ਆਪਾਂ ਨੇ ਮੈਥ ਤੇ ਰੀਜ਼ਨਿੰਗ ਵੀ ਤੁਹਾਡੇ ਲਈ ਕਵਰ ਕੀਤਾ ਜੋ ਮੈਥ ਰੀਜ਼ਨਿੰਗ ਤੇ ਕਰੰਟ ਅਫੇਅਰਸ ਨੇ ਇਹਨਾਂ ਦੇ ਨਾਲ ਤੁਹਾਨੂੰ ਵੀਡੀਓ ਐਕਸਪਲੇ ਠੀਕ ਹੈ ਮੈਥ ਰੀਜ਼ਨਿੰਗ ਤੇ ਕਰੰਟ ਅਫੇਅਰਸ ਇਹਨਾਂ ਦੇ ਨਾਲ ਤੁਹਾਨੂੰ ਵੀਡੀਓ ਐਕਸਪਲੇਨੇਸ਼ਨ ਵੀ ਸ਼ੇਅਰ ਕੀਤੀਆਂ ਜਾਣਗੀਆਂ ਠੀਕ ਹੈ ਅਗਰ ਕੋਈ ਬੱਚਾ ਇਹ ਸਪੈਸ਼ਲ ਨੋਟਸ ਤੋਂ ਤਿਆਰੀ ਕਰਨਾ ਚਾਹੁੰਦਾ ਹੈ ਤੇ 2023 ਦੇ ਵਿੱਚ ਆਪਣੀ ਜਿਹੜੀ ਜੋਬ ਹੈ ਉਸ ਨੂੰ ਐਨਸ਼ੋਰ ਕਰਨਾ ਚਾਹੁੰਦਾ ਹੈ ਪਾਉਣਾ ਚਾਹੁੰਦਾ ਹੈ 2023 ਦੇ ਵਿੱਚ ਠੀਕ ਹੈ ਨੌਕਰੀ ਤੇ ਲੱਗਣਾ ਚਾਹੁੰਦਾ ਤਾਂ ਉਹ ਬੱਚਾ ਇਹਨਾਂ ਨੋਟਸਾਂ ਨੂੰ ਪਰਚੇਸ ਕਰਕੇ ਤਿਆਰ ਕਰਕੇ ਜੋਰ ਜਾਵੇ ਠੀਕ ਹੈ ਬਹੁਤ ਜ਼ਿਆਦਾ ਤੁਹਾਨੂੰ ਹੈਲਪ ਮਿਲੇਗੀ ਬਹੁਤ ਜ਼ਿਆਦਾ ਤੁਹਾਨੂੰ ਡਿਡੈਂਟ ਕੁਐਸ਼ਨਸ ਨੇ ਉਹ ਡਾਇਰੈਕਟ ਦੇਖਣ ਨੂੰ ਮਿਲਣਗੇ ਇਹਨਾਂ ਨੋਟਸਾਂ ਦੇ ਵਿੱਚੋਂ ਠੀਕ ਹੈ ਇਹ ਸਾਰ ਬਾਕੀ ਕੋਈ ਵੀ ਡਾਊਟ ਹੈ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ 7909868826 ਇਹ ਹੈ ਸਾਡਾ ਵਟਸਐਪ ਨੰਬਰ ਇਸ ਦੇ ਉੱਪਰ ਤੁਸੀਂ ਜਿਹੜਾ ਹੈ ਕੋਈ ਵੀ ਅਗਰ ਡਾਊਟ ਹੈ ਤਾਂ ਉਹਨੂੰ ਕੋਈ ਵੀ ਕੁਐਰੀ ਹੈ ਤਾਂ ਪੁੱਛ ਸਕਦੇ ਹੋ ਤੁਸੀਂ ਠੀਕ ਹੈ ਬਾਕੀ ਸਾਰੀ ਡਿਟੇਲ ਆਪਾਂ ਨੇ ਸ਼ੋ ਕਰਤੀ ਤੁਸੀਂ ਆਪਣੇ ਅਕੋਰਡਿੰਗ ਜੋ ਤੁਹਾਨੂੰ ਨੇ ਜੋ ਸਬਜੈਕਟ ਤੁਹਾਨੂੰ ਤੁਹਾਡਾ ਵੀਕ ਹੈ ਤੁਸੀਂ ਉਹਨੂੰ ਜਿਹੜਾ ਹੈ ਵਧੀਆ ਤਰੀਕੇ ਨਾਲ ਇਹਨਾਂ ਨੋਟਸਾਂ ਤੋਂ ਤਿਆਰ ਕਰ ਸਕਦੇ ਹੋ ਠੀਕ ਹੈ ਇਹ ਆਪਣੀ ਡਿਟੇਲ ਹੈ ਨੋਟ ਕਰ ਲਿਓ ਸੋ ਇਹ ਸੀ ਆਪਣਾ PPCS ਵੇਅਰਹਾ우스 ਮੈਨੇਜਰ ਦਾ ਪੇਪਰ 23 ਤਰੀਕ ਨੂੰ ਕੰਡਕਟ ਹੋ ਚੁੱਕਿਆ ਹੈ ਠੀਕ ਹੈ ਸਾਰੇ ਦੇ ਸਾਰੇ ਆਪਾਂ ਨੇ ਜਿਹੜੇ ਕੁਐਸਚਨਸ ਨੇ ਨਾਨ ਟੈਕਨੀਕਲ 30 ਦੇ 30 ਉਹ ਆਪਾਂ ਨੇ ਕਵਰ ਕਰ ਲਏ ਅਗਰ ਕੋਈ ਵੀ ਡਾਊਟ ਹੈ ਕਿਸੇ ਵੀ ਚੀਜ਼ ਦੇ ਰਿਲੇਟਡ ਤਾਂ ਤੁਸੀਂ ਇਸ ਨੰਬਰ ਤੇ WhatsApp ਦੇ ਉੱਪਰ ਮੈਸੇਜ ਕਰਕੇ ਪੁੱਛ ਸਕਦੇ ਹੋ 7009868826 ਠੀਕ ਹੈ ਇਹ ਹੈ ਸਾਡਾ WhatsApp ਨੰਬਰ ਇਸ ਦੇ ਉੱਪਰ ਤੁਸੀਂ ਕੋਈ ਵੀ ਆਪਣੀ ਕੁਐਰੀ ਹੈ ਜਿਹੜੀ ਉਹ ਪੁੱਛ ਸਕਦੇ ਹੋ ਠੀਕ ਹੈ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਅਗਰ ਇਸ ਪੇਪਰ ਦੀ ਪੀਡੀਐਫ ਚਾਹੀਦੀ ਹੈ ਤੁਹਾਨੂੰ ਤਾਂ ਸਾਡਾ ਜਿਹੜਾ ਟੈਲੀਗ੍ਰam ਚੈਨਲ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਇਹ ਜੋ ਪੇਪਰ ਆਪਾਂ ਡਿਸਕਸ ਕੀਤਾ ਹੈ ਇਸ ਦੀ ਅਗਰ ਤੁਸੀਂ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਪੇਪਰ ਦੀ ਤਾਂ ਤੁਸੀਂ ਸਾਡਾ ਟੈਲੀਗ੍ਰam ਚੈਨਲ ਜਿਹੜਾ ਹੈ ਜੁਆਇਨ ਕਰ ਸਕਦੇ ਹੋ ਪੰਜਾਬ ਆਈਕਿਊਜ਼ ਦਾ ਨਾਮ ਹੈ ਠੀਕ ਹੈ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰੋ